पंजाबी नैशनल टीवी देख रहे सारे दर्शकों का बहुत बहुत स्वागत है जी आया नू। इस वेले तुसी शामिल होने जा रहे हो प्रोग्राम गलबात विच। हमेशा असी गलबात किसे ना किसे खास विषय ते खास व्यक्ति नाल शामिल होके करते हैं। अज असी गलबात करांगे त्यौहार लोहड़ी के उपर, तो गलबात करन लई मेरे नाल शामिल ने बलविंदर बराड़ जी। बलविंदर बराड़ जी, तुहाडा इस प्रोग्राम च बहुत बहुत स्वागत। धन्यवाद जी, बहुत बहुत धन्यवाद। तो आप गल कर लगे हाँ जी लोहड़ी से, तो आप जो लोहड़ी का नाम लेने ना तो चेहर के उपर खुशी तो हलास से एक चमक जी अपने रेवड़िया का स्वाद आ जाता है। रेवड़िया का आता है, तिलों का भी आ जाता है, गचक का आता है, भुगिया का स्वाद आता है। ठंडी ठार रुत दे विच बलदी हुई अग दे दुआले सेक लैंदे निग दा जिहड़ा ओह वी स्वाद आ जांदा। बिल्कुल। सो लोहड़ी जिहड़ा वा ओह इक मौसमी त्यौहार है मोस्टली। हां जी। सर्दी जिहड़ी है ओह इस वेले पीक ते हुंदी है, ਉਹਦਾ ਅਖੀਰਲਾ ਦਿਨ ਹੁੰਦਾ ਹੈ। ਉਹਦਾ ਅਖੀਰਲਾ ਦਿਨ ਹੁੰਦਾ ਹੈ ਤੇ ਮਾਘ ਅਗਲੇ ਦਿਨ ਚੜ੍ਹਨਾ ਹੁੰਦਾ ਹੈ ਤੇ ਪੋਹ ਦਾ ਮਹੀਨਾ ਕਹਿੰਦੇ ਨੇ ਕਿ ਠੰਡ ਦਾ ਸਭ ਤੋਂ ਸਿਰੇ ਦੀ ਠੰਡ ਦਾ ਮਹੀਨਾ ਹੁੰਦਾ ਹੈ। ਬਿਲਕੁਲ। ਸੋ ਇਹਦੇ ਨਾਲ ਕਈ ਕਹਾਵਤਾਂ ਵੀ ਜੁੜੀਆਂ ਹੋਈਆਂ ਨੇ ਤੇ ਲੋਹੜੀ ਜਿਹੜੀ ਹੈ ਜਿੱਥੇ ਕਹਿੰਦੇ ਨੇ ਕਿ ਸਰਦੀਆਂ ਦੀਆਂ ਪੱਕੀਆਂ ਫਸਲਾਂ ਦਾ ਫਸਲਾਂ ਪੱਕ ਰਹੀਆਂ ਨੇ, ਫਸਲਾਂ ਜਿਹੜੀਆਂ ਲਾ ਰਹੀਆਂ ਨੇ, ਕਣਕ ਜਿਹੜੀ ਸਿਰੇ 'ਤੇ ਹੁੰਦੀ ਹੈ, ਉਹਦੇ ਨਾਲ ਹੀ ਹੋਰ ਵੀ ਕਈ ਚੀਜ਼ਾਂ ਜੁੜੀਆਂ ਨੇ। ਬਲਿੰਦਰ ਬਰਾੜ ਜੀ, ਗੱਲ ਇਹ ਹੈ ਥਿੰਦ, ਮੈਨੂੰ ਐਂ ਲੱਗਦਾ ਵੀ ਸਾਇੰਟੀਫਿਕਲੀ ਕਹਿੰਦੇ ਨੇ ਵੀ ਸੂਰਜ ਇਸ ਤੋਂ ਬਾਅਦ ਉੱਤਰ ਤੋਂ ਦੱਖਣ ਵੱਲ ਨੂੰ ਰੁਖ ਕਰ ਲੈਂਦਾ। ਬਿਲਕੁਲ ਬਿਲਕੁਲ। ਜਿਹਦੇ ਨਾਲ ਧੁੱਪਾਂ ਦੀ ਜਿਹੜੀ ਧੁੱਪ ਛਾਂ ਹੈ ਨਾ ਉਹਦੇ 'ਚ ਫਰਕ ਪੈ ਜਾਂਦਾ। ਧੁੱਪ ਦੀ ਇਸ ਡਾਇਰੈਕਸ਼ਨ ਨਾਲ, ਉਸ ਦੀ ਦਿਸ਼ਾ ਬਦਲਣ ਨਾਲ ਸਰਦੀ ਦੀ ਰੁੱਤ ਥੋੜੀ ਜਿਹੀ ਕਰਵਟ ਬਦਲ ਜਾਂਦੀ। ਕਹਿੰਦੇ ਨੇ ਕੱਤਕ ਦੇ ਮਹੀਨੇ ਤੇ ਜਿਹੜਾ ਨਾ ਸੂਰਜ ਸਭ ਤੋਂ ਦੂਰੀ ਤੇ ਹੁੰਦਾ ਉਦੋਂ ਬਹੁਤ ਘੱਟ ਰੋਸ਼ਨੀ ਤੇ ਗਰਮੀ ਜਿਹੜੀ ਹੈ ਧਰਤੀ ਤੇ ਪਹੁੰਚਦੀ ਹੈ ਤੇ ਫਿਰ ਜਦੋਂ ਉਹ ਦਿਸ਼ਾ ਉੱਤਰ ਵੱਲ ਨੂੰ ਕਰਦਾ ਤਾਂ ਫਿਰ ਉਹਦੀ ਰੋਸ਼ਨੀ ਤੇ ਜ਼ਿਆਦਾ ਹੁੰਦੀ ਹੈ। ਪਿੰਡਾਂ 'ਚ ਕਹਿੰਦੇ ਹੁੰਦੇ ਨੇ ਸੂਰਜ ਪਾਸਾ ਥੱਲ ਲੈਂਦਾ। ਸੋ ਇਹ ਮੈਨੂੰ ਲੱਗਦਾ ਲੋਹੜੀ ਤੇ ਹੀ ਉਹਦੀ ਦਿਸ਼ਾ ਉੱਤਰ ਵੱਲ ਨੂੰ ਹੁੰਦੀ ਹੈ। ਹੁਣ ਤੱਕ ਦਿਨ ਛੋਟੇ ਸੀ, ਹੁਣ ਇਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਣੇ ਨੇ ਤੇ ਇਹ ਵੀ ਇੱਕ ਆਪਣੇ ਸਾਡੇ ਪਿੰਡਾਂ 'ਚ ਇਹ ਵੀ ਕਹਿੰਦੇ ਨੇ ਕਿ ਲੋਹੜੀ ਵਾਲੇ ਦਿਨ ਬੱਕਰੇ ਜਿਹੀ ਛਾਲ ਮਾਰਦਾ ਦਿਨ। ਬਿਲਕੁਲ ਹਾਂ, ਇਸ ਤੋਂ ਬਾਅਦ ਫਿਰ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਕਿਉਂਕਿ 21 ਦਸੰਬਰ ਨੂੰ ਸਭ ਤੋਂ ਛੋਟਾ ਦਿਨ ਹੁੰਦਾ ਹੈ, 21 ਕਿ 22 ਦਸੰਬਰ ਨੂੰ, ਤੇ 25 ਤੋਂ ਫਿਰ ਦਿਨ ਵਧਣੇ ਸ਼ੁਰੂ ਹੁੰਦੇ ਨੇ ਜਿਹਨੂੰ ਆਪਾਂ ਵੱਡਾ ਦਿਨ ਕਹਿੰਦੇ ਆ, ਹੈਨਾ। ਉਹ ਵੱਡਾ ਦਿਨ ਜਿਹੜਾ ਮੀਨਸ ਕਿ ਥੋੜਾ ਜਿਹਾ ਟਾਈਮ ਜਿਹੜਾ ਮੈਨੂੰ ਐ ਲੱਗਦਾ ਥਿੰਦ ਇੱਥੇ ਆ ਕੇ ਤਾਂ, ਕਿਉਂਕਿ ਜਦੋਂ ਜਦੋਂ ਬਰਫ਼ ਪਿਘਲੂਗੀ, ਇੱਕ ਗੱਲ ਮੈਂ ਦੇਖੀ ਨੋਟ ਕੀਤੀ ਜੇ ਜਿਹੜੀ ਕਣਕ ਬੀਜੀ ਹੁੰਦੀ ਹੈ ਨਾ ਪਹਿਲੇ ਦਿਨ ਐਡੀ ਅਗਲੇ ਦਿਨ ਐਡੀ ਅਗਲੇ ਦਿਨ ਐਡੀ 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 ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਦਿਨ 16 ਘੰਟਿਆਂ ਦਾ ਹੋ ਜਾਂਦਾ ਅਖੀਰ 'ਚ। ਅੱਜ ਕੱਲ੍ਹ ਵੀ ਹੁਣ ਆਪਾਂ ਦੇਖਦੇ ਹਾਂ ਕਿ ਲੋਹੜੀ ਆਪਣੇ ਸਿਰ ਤੇ ਹੀ ਆ ਤੇ ਆਪਾਂ ਵੇਖਦੇ ਹਾਂ ਵੀ ਜਿਹੜਾ ਹੈਗਾ ਦਿਨਾਂ ਦਾ ਕਾਫ਼ੀ ਫਰਕ ਪੈਣ ਲੱਗ ਗਿਆ, ਜਿਹੜਾ ਚਾਨਣ ਹੁੰਦਾ ਸ਼ਾਮ ਨੂੰ। ਇਸ ਕਰਕੇ ਮੈਨੂੰ ਲੱਗਦਾ ਲੋਹੜੀ ਦਾ ਤਿਉਹਾਰ ਜਿਹੜਾ ਨਾ ਉਹ ਸਰਦੀ ਨੂੰ ਬਾਏ ਬਾਏ ਕਰਨ ਦਾ। ਬਾਏ ਬਾਏ, ਈਸਰਾ ਦਲਿੱਦਰ ਜਾ, ਦਲਿੱਦਰ ਦੀ ਜੜ ਚੁੱਲ੍ਹੇ ਪਾ। ਆ ਤੇ ਜਦੋਂ ਆਪਾਂ ਲੋਹੜੀ ਬਾਲਦੇ ਆ ਤੇ ਪਾਉਂਦੇ ਆ ਤੇ ਨਾਲ ਆ ਗਾਉਂਦੇ ਵੀ ਆ, ਈਸਰਾ ਦਲਿੱਦਰ ਜਾ, ਦਲਿੱਦਰ ਲਾਉਂਦੇ ਆ। ਇੱਕ ਗੱਲ ਹੋਰ ਵੀ ਹੁੰਦਾ ਕਿ ਇੰਨੀ ਠੰਡ ਹੁੰਦੀ ਹੈ ਤੇ ਲੋਕੀ ਨਹਾਉਣ ਤੋਂ ਵੀ ਬੜਾ ਗਰੇਜ਼ ਕਰਦੇ, ਨਿਆਣੇ ਨਹੀਂ ਨਹਾਉਂਦੇ ਹੁੰਦੇ ਸੀ। ਬਿਲਕੁਲ, ਉਹ ਦਲਿੱਦਰ ਲਾਉਣ ਵਾਸਤੇ ਜਿਹੜੀ ਹੈ ਨਾ ਵੀ ਅੱਜ ਤੋਂ ਬਾਅਦ ਨਹਾਉਣਾ ਸ਼ੁਰੂ ਕਰ ਦੋ। ਹੁਣ ਤਾਂ ਵੇਖੋ ਘਰਾਂ ਦੇ ਵਿੱਚ ਗਰਮ ਪਾਣੀ ਆ, ਤੈਨੂੰ ਸੁਸਤੀ ਲਾ ਦੋ, ਸੁਸਤੀ ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਨਹਾਉਣ ਧੋਣ ਦੀ, ਪਰ ਮੈਨੂੰ ਤਾਂ ਆਪਣਾ ਬਚਪਨ ਚੇਤੇ ਆਉਂਦਾ ਕਿ ਮਾਂ ਨੇ ਕਹਿਣਾ ਵੀ ਨਹਾ ਕੇ ਆ ਤੇ ਸੋਚਣਾ ਵੀ ਆਹ ਮਾਲ ਕੇ ਲੜਕੇ ਦੇ ਥੱਲੇ ਨਾ ਹੀ ਹੋਣਾ। ਬਿਲਕੁਲ। ਸੋ ਬਹੁਤ ਲੋਕੀ ਅਵਾਰਡ ਕਰ ਜਾਂਦੇ ਸੀ ਇਹਨਾਂ ਦਿਨਾਂ 'ਚ। ਮੈਂ ਕਿਉਂਕਿ ਮੁਕਸਰ ਮੇਰੇ ਸਹੁਰੇ ਨੇ, ਮੈਨੂੰ ਪਤਾ ਹੈ, ਮੇਰੇ ਜਿਹੜੇ ਮਦਰ ਇਨ ਲਾ ਸੀ ਉਹ ਮੈਨੂੰ ਦੱਸਦੇ ਹੁੰਦੇ ਮੁਕਸਰ ਦਾ ਮੇਲਾ ਬਹੁਤ ਮਸ਼ਹੂਰ ਹੈ। ਹਾਂ, ਉਹਦੇ ਵੀ ਆਪਾਂ ਗੱਲ ਕਰਾਂਗੇ, ਮਾਘੀ ਤੇ ਵੀ ਜ਼ਰੂਰ ਗੱਲ ਕਰਨੀ ਹੈ ਤੇ ਆਪਾਂ ਲੋਹੜੀ ਦੀ ਗੱਲ ਕਰਦੇ ਹਾਂ ਕਿ ਲੋਹੜੀ ਜਿਹੜੀ ਆ ਜਿਵੇਂ ਮੈਂ ਗੱਲ ਕੀਤੀ ਸੀ ਵੀ ਜਿੱਥੇ ਆਪਣੇ ਠੰਡ ਦੇ ਨਾਲ ਇਹਦਾ ਸੰਬੰਧ ਹੈ, ਪਿੰਡਾਂ ਦੇ ਵਿੱਚ ਤਾਂ ਜਿਉਂ ਹੀ ਸਰਦੀ ਸ਼ੁਰੂ ਹੁੰਦੀ ਸੀਗੀ ਤੇ ਲੋਹੜੀ ਲੋਹੜੀ ਕੀ ਬਾਲਣੀ ਵੀ ਅੱਗ ਬਾਲ ਕੇ ਆਲੇ ਦੁਆਲੇ ਬਹਿ ਜਾਣਾ ਤੇ ਗੱਪਾਂ ਛੱਪਾਂ ਮਾਰਨੀਆਂ ਤੇ ਜਦੋਂ ਆਪ ਘਰਾਂ ਦੇ ਵਿੱਚ ਸੌਣ ਚੱਲ ਜਾਂਦੇ ਕਹਾਣੀਆਂ ਸੁਣਦੇ ਸੀ ਤੇ ਕੁੱਤੇ ਨੇ ਗਲਾ ਲਾ ਜਾਂਦੇ ਸੀ ਉਸੇ ਭੱਬਣ ਦੇ ਵਿੱਚ। ਬਿਲਕੁਲ ਬਿਲਕੁਲ। ਇਹ ਇੱਕ ਕਹਿ ਲਓ ਕਿ ਇੱਕ ਕਿਸਮ ਦਾ ਇਹ ਵੀ ਕਿਹਾ ਜਾਂਦਾ ਵੀ ਆਪਾਂ ਕਹੀਏ ਵੀ ਜਿਹੜੀ ਧੂਣੀ ਮਾਲਦੇ ਆ ਅੱਗ ਰੋਸ਼ਨੀ ਦਾ ਪ੍ਰਤੀਕ ਹੈ ਤੇ ਅੱਗ ਨੂੰ ਤਾਂ ਸ਼ੁਰੂ ਤੋਂ ਹੀ ਪੂਜਦੇ ਰਹੇ ਆ। ਬਿਲਕੁਲ, ਇਹ ਸੂਰਜ ਦੇਵ ਦੀ ਪੂਜਾ ਨਾਲ ਵੀ ਜੁੜਿਆ ਹੋਇਆ ਹੈ। ਬਿਲਕੁਲ, ਰੋਸ਼ਨੀ ਹੈ ਉਸ ਅੱਗ ਦੇ ਨਾਲ ਸਾਡਾ ਕਿੰਨਾ ਕੁਝ ਜੁੜਿਆ ਹੋਇਆ, ਸਾਡਾ ਰਿਜਕ ਜੁੜਿਆ ਹੋਇਆ, ਸਾਡਾ ਖਾਣ ਪੀਣ ਜੁੜਿਆ ਹੋਇਆ। ਇਸ ਕਰਕੇ ਉਹ ਅੱਗ ਦੇ ਆਲੇ ਦੁਆਲੇ ਬੈਠਣਾ ਇੱਕ ਤਰ੍ਹਾਂ ਨਾਲ ਘੇਰਾ ਘੱਤ ਕੇ ਉਸ ਅੱਗ ਨੂੰ ਪੂਜਣ ਵਰਗਾ ਹੈ, ਉਸ ਅੱਗ ਨੂੰ ਥੈਂਕ ਯੂ ਕਹਿਣ ਵਰਗਾ ਹੈ, ਸ਼ੁਕਰਗੁਜ਼ਾਰ ਹੋਣ ਵਰਗਾ ਹੈ, ਜਿਸ ਨੂੰ ਆਪਾਂ ਇੱਕ ਤਰ੍ਹਾਂ ਨਾਲ ਪੂਜਦੇ ਹਾਂ ਕਿ ਅਸੀਂ ਇਸ ਅੱਗ ਕਰਕੇ ਜੀਵਨ। ਮੈਂ ਪੜ੍ਹਿਆ ਸੀਗਾ ਉਹ ਕਹਿੰਦੇ ਨੇ ਕਿ ਇਹ ਜਿਹੜੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਸੂਰਜ ਦੀ ਪੂਜਾ ਕੀਤੀ ਜਾਂਦੀ ਸੀ ਕਿਉਂਕਿ ਸੂਰਜ ਸ਼ਕਤੀ ਦਾ ਪ੍ਰਤੀਕ ਹੈ, ਰੋਸ਼ਨੀ ਦਾ ਤੇ ਗਰਮੀ ਦਾ ਪ੍ਰਤੀਕ ਹੈ। ਸੋ ਇਹ ਲੋਹੜੀ ਉਹਦਾ ਇੱਕ ਰਹਿੰਦ ਖੂੰਹਦ ਵਾਲਾ ਤਿਉਹਾਰ ਹੀ ਹੈ। ਬਿਲਕੁਲ, ਜਦੋਂ ਇੰਨੀ ਜ਼ਿਆਦਾ ਠੰਡ ਹੋ ਗਈ ਤਾਂ ਫਿਰ ਹੁਣ ਵੀ ਹੁਣ ਸੂਰਜ ਦੇਵ ਦੀ ਪੂਜਾ ਕਰੋ ਤਾਂ ਜੋ ਉਹ ਥੋੜਾ ਜਿਹਾ ਚਮਕੇ ਤੇ ਗਰਮੀ ਤੇ ਰੋਸ਼ਨੀ ਜਿਹੜੀ ਹੈ ਠੰਡ ਨੂੰ ਪਰੇ ਕਰੇ, ਠੰਡ ਨੂੰ ਪਰੇ, ਠੰਡ ਨੂੰ ਲਾ ਕੇ ਸਿੱਟੇ। ਅਸਲ 'ਚ
ना पंजाब बहुत रुत्तां दा थां है, बहुत त्योहारां दा थां है, बहुत इस करके कहिंदे एक्सट्रीमिस्ट ने लोग जां दा बहुत ज़्यादा खुश होंदे ने, जां बड़े उदास हो जांदे ने, जां बड़ी दुश्मनी पा लैंदे ने, जां जरूरत नालों ज़्यादा उलण दा प्यार करन लग्गे। बिल्कुल, क्योंकि इत्थे साडे जड़े ना बहुत सारे त्योहार ਮੌਸਮ ਨਾਲ ਹੀ ਜੁੜੇ, ਮੌਸਮ ਨਾਲ ਵਿਸਾਖੀ ਜੁੜੀ ਹੋਈ ਹੈ, ਸਾਡਾ ਬਿਲਕੁਲ ਲੋਹੜੀ ਜੁੜੀ ਹੋਈ ਹੈ, ਸਾਡੇ ਹੋਰ ਤਿਉਹਾਰ ਜਿਹੜੇ ਨੇ ਲੋਹੜੀ ਦੇ ਨਾਲ ਬੜੀਆਂ ਮਿੱਥਾਂ ਜੁੜੀਆਂ ਹੋਈਆਂ ਨੇ, ਜਿਵੇਂ ਕਿੰਨੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਉਹ ਦੁੱਲੇ ਪੱਟੀ, ਦੁੱਲੇ ਪੱਟੀ, ਦੁੱਲੇ ਪੱਟੀ ਨੂੰ ਜੇ ਆਪਾਂ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਰੋਬਿਨ ਹੁੱਡ ਕਿਹਾ ਜਾਂਦਾ, ਰੋਬਿਨ ਹੁੱਡ ਸੀ, ਕਿਉਂਕਿ ਅਕਬਰ ਦੇ ਵੇਲੇ 'ਚ ਉਹ ਕਹਿੰਦੇ ਨੇ ਕਿ ਉਹ ਬਾਗੀ ਸੀਗਾ। ਬਿਲਕੁਲ, ਤੇ ਉਹਦੇ ਨਾ ਉਹਦੇ ਜਿਹੜੇ ਦਾਦਾ ਤੇ ਉਹਦਾ ਸੀਗਾ ਪਿਤਾ ਜੀ ਸੀਗੇ ਅਕਬਰ ਦਾ, ਉਹਨਾਂ ਨੇ ਵੀ ਵਿਰੋਧ ਕੀਤਾ। ਅਕਬਰ ਨੇ ਉਹਨਾਂ ਨੂੰ ਉਹਨਾਂ ਦੇ ਪਹਿਲੋਂ ਤਾਂ ਸਿਰ ਲਵਾਏ, ਫਿਰ ਉਹਨਾਂ ਦੀ ਚਮੜੀ ਦੇ ਵਿੱਚ ਕਹਿੰਦੇ ਭੂਸਾ ਭਰਾ ਕੇ ਤੇ ਗੇਟ ਤੇ ਲਾਇਆ। ਤੰਗਿਆ ਵੀ ਇਹਨਾਂ ਨੇ ਮੇਰਾ ਹੁਕਮਦੂਲੀ ਕੀਤੀ, ਹੁਕਮਦੂਲੀ ਕੀਤੀ। ਆਪਾਂ ਜੇ ਸੋਚੀਏ ਹੁਣ ਬੜੇ ਕਿਸਾਨ ਅੰਦੋਲਨ ਹੋ ਕੇ ਹਟਿਆ, ਨਾਬਰੀ ਦਾ ਉਹ ਵੀ ਤਾਂ ਨਾਬਰੀ ਦਾ ਪ੍ਰਤੀਕ ਇਹ ਸੀਗਾ। ਬਿਲਕੁਲ, ਕਿਉਂਕਿ ਜਿਹੜੇ ਉਹ ਸੀਗੇ ਉਹ ਵੀ ਉਹਦੇ ਜਿਹੜਾ ਭੂਮੀ ਦਾ ਲਗਾਨ ਉਹਨੇ ਸ਼ੁਰੂ ਕੀਤਾ ਸੀ। ਉਹਨੇ ਜਵਾਬ ਦਿੱਤਾ ਸੀ ਮੈਂ ਨਹੀਂ ਦੇਣਾ, ਉਹ ਕਹਿੰਦੇ ਸੀ ਅਸੀਂ ਨਹੀਂ ਦੇਣਾ, ਅਸੀਂ ਨਹੀਂ ਦੇਣਾ। ਉਹਦੀ ਮਾਂ ਲੱਦੀ ਸੀਗੀ ਤੇ ਉਸੇ ਵੇਲੇ ਜਿਹੜਾ ਅਕਬਰ ਦਾ ਪੁੱਤਰ ਸੀਗਾ ਜਿਹੜਾ ਜਹਾਂਗੀਰ ਜਿਹੜਾ ਬਾਅਦ ਦੇ ਵਿੱਚ ਬਣਿਆ ਸ਼ੇਖੂ, ਉਹ ਕਹਿੰਦੇ ਨੇ ਕਿ ਉਹ ਆਪਣੀ ਮਾਂ ਦਾ ਦੁੱਧ ਨਹੀਂ ਸੀ ਪੀ ਸਕਦਾ, ਤਾਂ ਉਹਨੇ ਫਿਰ ਉਸ ਦੁੱਲੇ ਦੀ ਮਾਂ ਦੇ ਦੁੱਧ ਤੇ ਉਹਨੂੰ ਲਾਇਆ। ਬਿਲਕੁਲ ਬਿਲਕੁਲ, ਸੋ ਉਹਦੇ ਪਿੱਛੇ ਵੀ ਕਹਿੰਦੇ ਨੇ ਕਿ ਬੜੀ ਇੱਕ ਸੀਗੀ ਉਹਦੇ, ਉਹ ਕਹਿੰਦੇ ਨੇ ਵੀ ਕੋਈ ਨਾ ਮੁਗਲ ਇੱਕ ਲੜਕੀ ਨੂੰ ਚੱਕ ਕੇ ਲੈ ਚੱਲੇ ਸੀ, ਹਾਂ, ਤੇ ਇਸ ਨੇ ਦੁੱਲੇ ਪੱਟੀ ਨੇ ਉਹਦਾ ਵਿਆਹ ਕੀਤਾ ਰਾਤ ਨੂੰ, ਰਾਤ ਨੂੰ ਅੱਗ ਬਾਲ ਕੇ। ਹਾਂ, ਉੱਥੇ ਠੰਡ ਬਹੁਤ ਜ਼ਿਆਦਾ ਸੀ ਤੇ ਉਹ ਲੈ ਚੱਲੇ ਸੀ, ਇਹਨੇ ਅੱਗ ਬਾਲ ਕੇ ਉਹਦੇ ਆਲੇ ਦੁਆਲੇ ਉਹਦੇ ਸਾਲੂ ਦੇ ਵਿੱਚ ਇੱਕ ਸੇਰ ਸ਼ੱਕਰ, ਜਿਹਦਾ ਉਸ ਵੇਲੇ ਬਹੁਤ ਮੁੱਲ ਸੀ, ਜਿਹਨੂੰ ਆਮ ਤੌਰ ਤੇ ਕਹਿੰਦੇ ਨੇ ਸੇਰ ਸ਼ੱਕਰ ਪਾਈ ਕੁੜੀ ਦਾ ਸਾਲੂ ਪਾਟਾ, ਕੁੜੀ ਦਾ ਜੀਵੇ ਚਾਚਾ, ਇਹ ਸਾਰੇ ਗੀਤ ਉਹਦੀ ਉਸ ਮਿੱਥ ਨਾਲ ਜੁੜੇ, ਦੁੱਲੇ ਪੱਟੀ ਨਾਲ ਜੁੜੇ ਨੇ। ਤੇ ਦੁੱਲਾ ਪੱਟੀ ਵੀ ਇੱਕ ਉਹ ਬਾਗੀ ਹੋਇਆ ਜਿਵੇਂ ਆਪਾਂ ਹੁਣੇ ਗੱਲ ਕੀਤੀ, ਉਹਨੇ ਬੇਸ਼ੱਕ ਅਕਬਰ ਨੇ ਕਹਿੰਦੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹਨੂੰ ਸਿੱਖਿਆ ਦਿੱਤੀ ਜਾਵੇ, ਇਹਨੂੰ ਬਹੁਤ ਮਨਾਇਆ, ਉਹਨੇ ਧੀਆਂ ਦੀ ਅਸਮਤ ਦੀ ਰਾਖੀ ਕੀਤੀ। ਇੱਕ ਬ੍ਰਾਹਮਣ ਸੀਗਾ ਜਿਹਦੀ ਸੁੰਦਰੀ ਮੁੰਦਰੀ ਸੀਗੀ, ਸੁੰਦਰੀ ਤੇ ਮੁੰਦਰੀ ਧੀਆਂ ਸੀ ਜਿਹਨਾਂ ਨੂੰ ਹਾਕਮ ਚੱਕਣ ਆਉਣਾ ਸੀਗਾ ਉਹਨਾਂ ਨੇ, ਤੇ ਉਹਨੇ ਕਿਹਾ ਮੈਂ ਇਹਦਾ ਵਿਆਹ ਕਰਦਾ, ਉਹਦਾ ਵੀ ਰਾਤ ਨੂੰ ਕੀਤਾ। ਸੋ ਇਹ ਸਾਡੇ ਪੰਜਾਬੀਆਂ ਦੀ ਇੱਕ ਕਿਸਮ ਦੀ ਤਸੀਰ ਹੈ, ਸਾਡਾ ਇੱਕ ਕੁਦਰਤ ਨੇ ਇੱਕ ਇਹੋ ਜਿਹੀ ਬਖਸ਼ਿਸ਼ ਕੀਤੀ ਹੋਈ ਹੈ ਕਿ ਜ਼ੁਲਮ ਦੇ ਖਿਲਾਫ ਇਹ ਨਾਬਰੀ ਦੇ ਮੂਹਰੇ ਖੜ ਜਾਂਦੇ, ਖੜ ਜਾਂਦੇ ਨੇ ਇਹ। ਅੱਛਾ, ਇੱਕ ਨਾ ਮੈਂ ਇੰਟਰਵਿਊ ਦੇਖ ਰਹੀ ਸੀ ਜਦੋਂ ਆਹ ਜਸ਼ਨ ਮਨਾਏ ਜਾ ਰਹੇ ਸੀਗੇ ਕਿਸਾਨ ਅੰਦੋਲਨ ਦੇ, ਇੱਕ ਦੁਕਾਨਦਾਰ ਲੇਡੀ ਉਹਨੂੰ ਪੁੱਛ ਰਿਹਾ ਪੱਤਰਕਾਰ ਵੀ ਤੁਸੀਂ ਸਾਰੇ ਅੰਦੋਲਨ 'ਚ ਕੀ ਸਿੱਖਿਆ, ਉਹ ਕਹਿੰਦੀ ਇੱਕ ਬਾਤ ਸਿੱਖੀ ਹੈ ਕਿ ਗਲਤੀ ਕੇ ਆਗੇ ਕਦੇ ਨਹੀਂ ਖੜਨਾ ਚਾਹੀਦਾ। ਵਾਹ, ਕੀ ਬਾਤ! ਮੈਨੂੰ ਲੱਗਿਆ ਵੀ ਸਾਰਾ ਇਹਨੇ ਸਾਰਾ ਛੱਡਤਾ, ਜਿਹੜਾ ਦੁੱਲਾ ਪੱਟੀ ਨੇ ਕੀਤਾ ਸੀ ਵੀ ਗਲਤੀ ਜਿਹੜੀ ਗੱਲ ਹੈ ਉਹਨੂੰ ਮੰਨਣਾ ਨਹੀਂ, ਮੰਨਣਾ ਕੁਛ ਹੋ ਜੀ, ਗਲਤ ਗੱਲ ਨਹੀਂ, ਅਸੀਂ ਮੰਨ ਲਈ ਚਾਹੇ ਜੋ ਮਰਜ਼ੀ, ਨਾ ਕਿਸੇ ਦਾ ਭੈ ਲੈਣਾ ਤੇ ਨਾ ਕਿਸੇ ਨੂੰ ਦੇਣਾ, ਭੈ ਕਾਹੂ ਕੋ ਦੇਤਨਾ ਨਾ ਭੈ ਮਾਨਤ ਆ। ਸੋ ਇਹ ਖੈਰ ਸਾਡੇ ਗੁਰੂਆਂ ਨੇ ਵੀ ਸਾਨੂੰ ਸਿੱਖਿਆ ਦਿੱਤੀ ਹੈ, ਸਾਡੇ ਖੂਨ ਦੇ ਵਿੱਚ ਹੈ। ਤੇ ਗੱਲ ਆਪਾਂ ਕਰ ਰਹੇ ਹਾਂ ਲੋਹੜੀ ਦੇ ਤਿਉਹਾਰ ਦੀ, ਬਲਵਿੰਦਰ ਜੀ, ਆਪਣੇ ਘਰਾਂ ਦੇ ਵਿੱਚ ਆਪਾਂ ਇੱਕ ਹੋਰ ਵੀ ਖਾਸ ਮੌਕਿਆਂ ਦੇ ਉੱਪਰ ਲੋਹੜੀ ਖਾਸ ਹੀ ਮਨਾਉਂਦੇ ਨੇ, ਕਹਿੰਦੇ ਨੇ ਵੀ ਜਦੋਂ ਖਾਸ ਤੌਰ 'ਤੇ ਮੁੰਡੇ ਜੰਮਦੇ ਨੇ। ਹਾਂਜੀ, ਅੱਜ ਮੈਂ ਮੋਹਨ ਗਿੱਲ ਦੀ ਇੱਕ ਛੋਟੀ ਜਿਹੀ ਰਬਾਈ ਪੜ੍ਹ ਰਹੀ ਸੀ, ਕਹਿੰਦਾ ਲੋਹੜੀ ਮਨਾਈਏ ਨਾ ਧੀ ਦੀ ਨਾ ਪੁੱਤ ਦੀ ਨਾ ਧੀ ਦੀ, ਲੋਹੜੀ ਮਨਾਈਏ ਨਵੇਂ ਆਏ ਜੀ ਜੀ ਦੀ, ਕਿਉਂਕਿ ਉਹਨੂੰ ਨਿੱਘ ਚਾਹੀਦਾ ਹੁੰਦਾ। ਮੈਂ ਵੀ ਇੱਕ ਕਹਾਣੀ ਲੋਹੜੀ ਲਿਖੀ ਸੀਗੀ, ਉਹਦੇ 'ਚ ਬੇਟੀ ਦੀ ਲੋਹੜੀ, ਇੱਕ ਦੀ ਗੁਆਂਢਣ ਦੇ ਘਰ ਮੁੰਡਾ ਹੋਇਆ ਹੁੰਦਾ, ਉਹਦੇ ਕੁੜੀ ਹੋਈ ਹੁੰਦੀ ਹੈ, ਉਹ ਉੱਧਰ ਬੜੀਆਂ ਤਿਆਰੀਆਂ ਹੁੰਦੀਆਂ ਲੋਹੜੀ ਦੀਆਂ, ਉਹ ਕਹਿੰਦੀ ਮੇਰੀ ਧੀ ਨੂੰ ਵੀ ਨਿੱਘ ਚਾਹੀਦਾ। ਹਾਂ, ਬਿਲਕੁਲ ਬਿਲਕੁਲ, ਕਿਉਂਕਿ ਗੱਲ ਇਹ ਹੈ ਜੀ, ਨਵੇਂ ਕੋਈ ਵੀ ਘਰ 'ਚ ਨਵਾਂ ਜੀ ਆਉਂਦਾ, ਜੇ ਬਹੂ ਆਉਂਦੀ ਹੈ, ਨਵੀਂ ਬਹੂ ਆਉਂਦੀ ਹੈ, ਉਹ ਵੀ ਤਾਂ ਇੱਕ ਨਵਾਂ ਜੀ ਹੈ, ਵਿਆਹ ਪੁੱਤ ਦਾ ਵਿਆਹ ਕਰ ਦਿੱਤਾ, ਤੁਹਾਡੀ ਫੈਮਿਲੀ ਐਕਸਟੈਂਸ਼ਨ ਹੋਈ ਹੈ, ਤੁਹਾਡੀ ਫੈਮਿਲੀ 'ਚ ਵਾਧਾ ਹੋਇਆ, ਉਹ ਵੀ ਆਪਾਂ ਲੋਹੜੀ ਮਨਾਉਂਦੇ ਹਾਂ, ਉਹਦੀ ਵੀ ਉਹਦੇ ਨਾਲ ਵੀ ਸਾਡੀਆਂ ਇਹ ਗੱਲਾਂ ਜੁੜੀਆਂ ਹੋਈਆਂ। ਬਿਲਕੁਲ ਜੀ, ਇਹ ਮੌਸਮੀ ਤਿਉਹਾਰ ਨੂੰ ਆਪਾਂ ਆਪਣੀਆਂ ਘਰਾਂ ਦੀਆਂ ਗੁੱਠਾਂ 'ਚ ਲੈ ਗਏ। ਹਾਂ, ਬਿਲਕੁਲ ਬਿਲਕੁਲ, ਕਿ ਆਪਣੀ ਰੀਝਾਂ ਜੋੜ ਲਈਆਂ, ਆਪਣੇ ਚਾਹ ਦੇ ਨਾਲ ਜੋੜ ਲਿਆ। ਮੈਨੂੰ ਤਾਂ ਜਦੋਂ ਹੈਲੋਵੀਨ ਤੇ ਲੋਕਾਂ ਦੇ ਘਰੀ ਜਾਂਦੇ ਨੇ, ਮੈਨੂੰ ਲੋਹੜੀ ਦਿਓ, ਮੈਂ ਕਹਿੰਦੀ ਉਹਨੇ ਲੋਹੜੀ ਹੈ ਭਾਈ, ਅੱਜ ਅੱਜ ਮੰਗੋ, ਮੇਰੇ ਅੰਦਰ ਚਾਹ ਚੜਦਾ, ਉਹ ਰੱਖ ਕੇ ਨਾ ਜੋ ਕੁਛ ਮੈਂ ਤਾਂ ਬੱਚਿਆਂ ਦੇ ਨਾਲ ਜਾਂਦੀ ਹਾਂ, ਤੇ ਮੈਂ ਕਹਿੰਦੀ ਜਿਹੜੇ ਪੰਜਾਬੀ ਘਰ ਹੁੰਦੇ, ਮੈਂ ਕਹਿੰਦੀ ਲੋਹੜੀ ਦਿਓ, ਅਸੀਂ ਵੀ ਅੱਜ ਲੋਹੜੀ ਲੈਣਾ ਹੈ, ਮੈਂ ਖੁਦ ਜਾਂਦੀ। ਸੋ ਮੈਂ ਉਹਨੂੰ ਹਮੇਸ਼ਾ ਲੋਹੜੀ ਸਮਝਦੀ, ਕਿਉਂਕਿ ਉਹ ਵੀ ਉਹਨਾਂ ਦਾ ਇੱਥੇ ਜਿਹੜਾ ਵਾ ਉਹ ਵੀ ਹਾਰਵੈਸਟਿੰਗ ਹੈ,
ਬਿਲਕੁਲ ਬਿਲਕੁਲ ਹਾਰਵੈਸਟਿੰਗ ਫੈਸਟੀਵਲ ਹੈ ਉਹ ਵੀ ਫਸਲਾਂ ਵੱਢ ਲੈਂਦੇ ਨੇ ਕਿਉਂਕਿ ਇੱਥੇ ਤਾਂ ਫਸਲ ਇੱਕ ਹੁੰਦੀ ਹੈ ਉਹ ਵੀ ਫਸਲਾਂ ਵੱਢਦੇ ਨੇ ਖੁਸ਼ੀਆਂ ਮਨਾਉਂਦੇ ਨੇ ਤੇ ਖੁਸ਼ੀਆਂ ਦਾ ਤਿਉਹਾਰ ਹੈਲੋਵੀਨ ਹੁੰਦਾ ਦੂਸਰੀ ਗੱਲ ਕਿ ਬੱਚਿਆਂ ਦੇ ਮਨਾਂ ਚੋਂ ਡਰ ਕੱਢਣ ਦਾ ਹੁੰਦਾ ਚਾ ਉਹਨਾਂ ਨੂੰ ਤੇ ਇਸੇ ਤਰ੍ਹਾਂ ਦੇ ਤਿਉਹਾਰ ਜਿਹੜੇ ਨੇ ਮੈਨੂੰ ਲੱਗਦਾ ਕਿ ਹਰ ਜਗ੍ਹਾ ਦੇ ਉੱਪਰ ਥੋੜੀ ਬਹੁਤੀ ਤਬਦੀਲੀ ਦੇ ਨਾਲ ਲਗਭਗ ਜਦੋਂ ਬੰਦੇ ਨੇ ਯਾਤਰਾ ਕੀਤੀ ਹੈ ਨਾ ਉਹ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦਾ ਰਿਹਾ ਬਿਲਕੁਲ ਬਿਲਕੁਲ ਉਹ ਤਾਂ ਆਪਣੇ ਸੀਨੇ 'ਚ ਹੀ ਹੁੰਦੇ ਨੇ ਨਾ ਤੁਸੀਂ ਸੀਨਾ ਬਸੀਨਾ ਅਗਲੀ ਜਨਰੇਸ਼ਨ ਨੂੰ ਉਹ ਚੀਜ਼ ਦੇ ਦਿੰਦੇ ਹੋ ਤੇ ਅਗਲੇ ਉਹ ਮੰਨਣ ਲੱਗ ਜਾਂਦੇ ਨੇ ਜਿਵੇਂ ਹੁਣ ਆਪਾਂ ਇੱਥੇ ਆਏ ਆ ਆਪਾਂ ਇਥੋਂ ਦਾ ਕ੍ਰਿਸਮਸ ਟ੍ਰੀ ਸਾਰੇ ਘਰਾਂ 'ਚ ਲੱਗਿਆ ਹੁੰਦਾ ਹੈ ਮੈਂ ਤੇ ਚਾਹ ਚੜਿਆ ਸੀ ਅੱਜ ਹੁਣ ਕ੍ਰਿਸਮਸ ਟ੍ਰੀ ਲਾਇਆ ਨੇ ਬੱਚਿਆਂ ਨੇ ਤੇ ਜਦੋਂ ਕ੍ਰਿਸਮਸ ਲੰਘੀ ਕਹਿੰਦੇ ਵੀ ਲਾ ਦੇਨੇ ਮੈਂ ਕਿਹਾ ਆਏ ਰਹਿਣ ਦਿਓ ਬੜਾ ਲਾਈਵਲੀ ਜਿਹਾ ਲੱਗਦਾ ਹੈ ਹੈ ਔਰ ਲਾਈਟਾਂ ਜਗਦੀਆਂ ਨੇ ਰਾਤ ਨੂੰ ਆਪਾਂ ਉਸ ਪਿਛੋਕੜ ਨਾਲ ਜੁੜੇ ਨਹੀਂ ਹੋਏ ਆਪਾਂ ਇਹਨਾਂ ਦੇ ਨਾਲ ਅਡਾਪਟ ਕਰਦੇ ਆ ਹੋ ਸਕਦਾ ਕੱਲ ਨੂੰ ਆਪਣੀਆਂ ਇਹ ਸਾਰੀਆਂ ਚੀਜ਼ਾਂ ਇਥੋਂ ਦੇ ਲੋਕ ਇੱਥੇ ਵਿਸਾਖੀ ਮਨਾਈ ਜਾਣੇ ਵੇਖੇ ਨੇ ਢੋਲ ਵਜਿਆ ਕਰਨੇ ਆ ਇਹ ਕਿਉਂਕਿ ਜਿਸ ਜਗ੍ਹਾ ਤੇ ਜਾਂਦੇ ਹੋ ਉੱਥੇ ਦੇ ਸਾਰੇ ਤਿਉਹਾਰ ਰਲ ਮਿਲ ਜਾਂਦੇ ਨੇ ਬਿਲਕੁਲ ਰਲ ਮਿਲ ਜਾਂਦੇ ਨੇ ਕੋਲ ਮਿਲ ਖੁਸ਼ੀ ਤਾਂ ਕਿਤੇ ਵੀ ਮਨਾਈ ਜਾ ਸਕਦੀ ਹੈ ਇਹਨੂੰ ਤਾਂ ਪੌੜੀਆਂ ਲਾਉਣ ਦੀ ਲੋੜ ਨਹੀਂ ਬਹਾਨਿਆਂ ਦੀ ਲੋੜ ਨਹੀਂ ਤੇ ਮੈਨੂੰ ਯਾਦ ਹੁੰਦਾ ਬ੍ਰਾਹਮਣ ਜੀ ਕੇ ਨਿੱਕੇ ਹੁੰਦੇ ਆ ਲੋਹੜੀ ਦਾ ਜਦੋਂ ਆਉਂਦਾ ਹੁੰਦਾ ਸੀਗਾ ਮੇਰੇ ਦਾਦਾ ਜੀ ਤਾਂ ਖਰ ਗੁੱਸਾ ਕਰ ਦਿੰਦੇ ਸੀ ਤੁਸੀਂ ਮੰਗਣ ਨਹੀਂ ਜਾਣੇ ਪਰ ਚੋਰੀ ਚੋਰੀ ਟੋਲੀਆਂ ਬਣਾ ਕੇ ਬੱਚੇ ਜਿਹੜੇ ਨੇ ਲੋਹੜੀ ਮੰਗਣ ਜਾਂਦੇ ਨੇ ਘਰੋਂ ਘਰੀ ਮੁੰਡੇ ਮੁੰਡਿਆਂ ਦੇ ਨਾਲ ਜਾਂਦੇ ਨੇ ਕੁੜੀਆਂ ਕੁੜੀਆਂ ਦੇ ਨਾਲ ਜਾਂਦੀਆਂ ਨੇ ਤੇ ਫਿਰ ਉੱਥੇ ਪਹਿਲਾਂ ਤਾਂ ਸ਼ਾਇਦ ਕਹਿੰਦੇ ਨੇ ਦੁੱਲੇ ਭੱਟੀ ਵੇਲੇ ਤਾਂ ਲੱਕੜਾਂ ਤੇ ਸ਼ੱਕਰ ਤੇ ਇਹ ਚੀਜ਼ਾਂ ਦਿੱਤੀਆਂ ਸੀ ਦੇ ਮਾਈ ਪਾਥੀ ਤੇ ਹੁਣ ਜਿਹੜਾ ਵਾ ਉਹ ਤੇਰਾ ਪੁੱਤ ਚੜੂਗਾ ਹਾਥੀ ਤੇਰਾ ਪੁੱਤ ਚੜੂਗਾ ਹਾਥੀ ਦੇ ਮਾਈ ਰੋੜੀ ਤੇਰਾ ਪੁੱਤ ਚੜੂਗਾ ਘੋੜੀ ਘੋੜੀ ਸੋ ਇਹ ਗਾਣੇ ਜਿਹੜੇ ਨੇ ਇਹਨਾਂ ਨਾਲ ਜੁੜੇ ਹੋਏ ਨੇ ਇਹਦੇ ਨਾਲ ਜੁੜੇ ਹੋਏ ਨੇ ਅਸੀਂ ਵੀ ਮੈਨੂੰ ਯਾਦ ਆ ਕਿ ਮੈਂ ਵੀ ਕਈ ਵਾਰੀ ਗਏ ਅਸੀਂ ਰੋੜੀਆਂ ਤੇ ਨਵੀਆਂ ਚੂੜੀਆਂ ਜ਼ਰੂਰ ਲੈਂਦੇ ਹੁੰਦੇ ਸੀ ਛੋਟੀਆਂ ਲੁਕਾ ਲੁਕੋ ਕੇ ਪਾ ਲੈਣੀਆਂ ਤੇ ਫਿਰ ਪਤਾ ਕੀ ਹੁੰਦਾ ਜਦੋਂ ਕਈ ਲੋਕੀ ਪੈਸੇ ਦੇ ਦਿੰਦੇ ਨੇ ਜਿਵੇਂ ਹੈਲਵਨ ਤੇ ਦਿੰਦੇ ਨੇ ਹੈਨਾ ਕਈ ਦਾਣੇ ਦੇ ਦਿੰਦੇ ਨੇ ਤੇ ਫਿਰ ਉਹਨਾਂ ਚੀਜ਼ਾਂ ਨੂੰ ਪੈਸੇ ਇਕੱਠੇ ਕਰਕੇ ਫਿਰ ਵੰਡਣੇ ਹੈਨਾ ਫਿਰ ਉਹ ਕਰਨਾ ਤੇ ਉਹਨਾਂ ਦਾ ਵੀ ਇੰਨਾ ਚਾਹ ਹੁੰਦਾ ਸੀ ਮੈਨੂੰ ਇੱਕ ਆਪਦੀ ਪਰਸਨਲ ਘਟਨਾ ਯਾਦ ਆਉਂਦੀ ਹੈ ਮੇਰੀ ਬੱਚੀ ਉਦੋਂ ਗੋਦੀ 'ਚ ਸੀ ਛੋਟੀ ਸੀ ਤੇ ਜਦੋਂ ਵਾਪਸ ਆਈ ਨਾ ਉਹਦੇ ਛੋਟਾ ਜਿਹਾ ਕੋਟ ਪਾਇਆ ਹੁੰਦਾ ਸੀ ਏਡਾ ਕੁ ਤੇ ਕੋਟ ਦੀਆਂ ਦੋਨੇ ਜੇਬਾਂ ਭਰੀਆਂ ਹੋਈਆਂ ਮੈਂ ਕਿਹਾ ਤੇਰੀ ਜੇਬਾਂ ਕਿਵੇਂ ਭਰ ਗਈਆਂ ਡਾਕਟਰ ਜੀਤ ਸਿੰਘ ਸੀਤਲ ਸਾਡੇ ਤੋਂ ਘਰ ਦੇ ਪਿਛਲੇ ਪਾਸੇ ਰਹਿੰਦੇ ਸੀਗੇ ਉਹ ਕਹਿੰਦੇ ਇਹ ਬਰਾੜਾਂ ਦੀ ਕੁੜੀ ਆ ਤੇ ਉਹਨਾਂ ਨੇ ਜਿੰਨੀ ਭਾਨ ਘਰੇ ਪਈ ਸੀ ਨਾ ਉਹਦੀ ਜੇਬ 'ਚ ਪਾਤੀ ਤੇ ਮੈਂ ਉਹਨੂੰ ਪੁੱਛੀ ਜਾਵਾਂ ਤੂੰ ਕਿੱਥੇ ਗਈ ਸੀ ਕਹਿੰਦੀ ਮੈਂ ਲੋਹੜੀ ਲੈ ਕੇ ਆਈ ਆ ਅੰਕਲ ਤੋਂ ਲੈ ਕੇ ਆਈ ਆ ਮੈਨੂੰ ਸਮਝ ਲੱਗ ਫਿਰ ਮੈਨੂੰ ਪਤਾ ਲੱਗਿਆ ਵੀ ਉੱਥੋਂ ਲੈ ਕੇ ਆਈ ਆ ਮੈਨੂੰ ਉਹ ਕਦੇ ਨਹੀਂ ਭੁੱਲੀ ਵੀ ਉਹਦੀਆਂ ਜੇਬਾਂ ਜਿਹੜੀਆਂ ਸੀ ਐਂ ਭਰ ਕੇ ਭੇਜੀਆਂ ਸੀ ਸੋ ਲੋਹੜੀ ਹਜੇ ਵੀ ਸਾਡੇ ਚੇਤਿਆਂ ਦੇ ਵਿੱਚ ਜਿਉਂਦੇ ਤੇ ਉਹ ਲੋਹੜੀ ਮਨਾਈ ਵੀ ਜਾਂਦੀ ਆ ਹੁਣ ਆਪਣੇ ਇੱਥੇ ਜਦੋਂ ਲੋਹੜੀ ਆਣੀ ਆ ਜਦੋਂ ਵੀ ਆਉਂਦੀ ਹੈ ਤਾਂ ਮੈਂ ਤਾਂ ਉਹ ਜਿਹੜੀ ਸਾਡੀ ਫਰਨਸ ਹੈ ਉਹਨੂੰ ਜ਼ਰੂਰ ਬਾਲ ਲੈਂਦੇ ਆ ਹਾਂ ਸਾਡੀ ਵੀ ਬਾਲ ਜਦੋਂ ਪੋਤਰਾ ਹੋਇਆ ਸੀਗਾ ਤੇ ਅਸੀਂ ਕਿਹਾ ਵੀ ਲੋਹੜੀ ਬਾਲਣੀ ਹੋਣੀ ਨਹੀਂ ਸਨੋਸ਼ ਬਾਹਰ ਤਾਂ ਜਾ ਨਹੀਂ ਸਕਦਾ ਗੱਲ ਇਹ ਹੈ ਉਹ ਫਰਨਸ ਬਾਲ ਕੇ ਪੂਰਾ ਕੰਮ ਕਰ ਲਿਆ ਸੀ ਇਹਨਾਂ ਮੁਲਕਾਂ ਜਿ ਤਾਂ ਇੰਗੀਆਂ ਜੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਉਹਦਾ ਕਾਰਨ ਹੈ ਇੱਥੇ ਤਾਂ ਲਾਲ ਬੱਤੀ ਤੇ ਗੱਡੀ ਖੜਨੀ ਹੈ ਤੇ ਹਰੀ ਤੇ ਚੱਲਣੀ ਹੈ ਜ਼ਿੰਦਗੀ ਉਸੇ ਤਰ੍ਹਾਂ ਚੱਲੀ ਜਾਂਦੀ ਹੈ ਇੱਕ ਖਾਸ ਤਰ੍ਹਾਂ ਦੇ ਰੁਟੀਨ ਦੇ ਵਿੱਚ ਉਸ ਰੁਟੀਨ ਨੂੰ ਤੋੜਨ ਵਾਸਤੇ ਆਹ ਦਿਨ ਹੋਣੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਤੇ ਮਨਾਉਣੇ ਵੀ ਬੜੇ ਜ਼ਰੂਰੀ ਮਨਾਉਣੇ ਵੀ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਪਰਿਵਾਰ ਆਪਣਾ ਇਕੱਠਾ ਕਰ ਲਈਏ ਜਿੰਨੇ ਕੁ ਜੀ ਹੈਗੇ ਆ ਜਿੰਨੇ ਖਾਂਗੇ ਚਲੋ ਹੁਣ ਜਿਵੇਂ ਕੋਰੋਨਾ ਆਇਆ ਸੀ ਕੋਰੋਨਾ 'ਚ ਜ਼ਿਆਦਾ ਇਕੱਠ ਨਹੀਂ ਕਰ ਸਕਦੇ ਪਰ ਜਿੰਨਾ ਕੁ ਅਲਾਊਡ ਆ 5-10 ਜੀ ਬਿਲਕੁਲ ਬਿਲਕੁਲ ਆਪਾਂ ਘਰ ਇਕੱਠੇ ਕਰਦੇ ਆ ਆਪਾਂ ਇਕੱਠੇ ਹੋਏ ਬੈਠੇ ਆ ਇਕੱਠੇ ਕਰ ਨਹੀਂ ਅਸੀਂ ਲੋਹੜੀ ਜਿਉਂਦੇ ਹੀ ਹੁੰਦੀ ਹੈ ਆਪਾਂ ਇਕੱਠੇ ਹੁੰਨੇ ਆ ਫਰਨਸ ਜਿਹੜੀ ਉਹਨੂੰ ਬਾਲ ਲੈਨੇ ਆ ਤੇ ਰਿਹੋੜੀਆਂ ਵਗੈਰਾ ਜ਼ਰੂਰ ਲੈ ਕੇ ਆਉਨੇ ਆ ਖਾਂਦੇ ਆ ਤੇ ਉਹ ਅਸੀਂ ਉਹਨਾਂ ਉਸ ਸਵਾਦ ਨੂੰ ਦੁਆਰਾ ਆਪਣੇ ਅੰਦਰ ਲੈ ਕੇ ਜਾਂਦੇ ਬਸ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਲੱਗਦਾ ਸਾਡੇ ਬੱਚਿਆਂ ਨੂੰ ਆਪਾਂ ਇਸ ਵੇਲੇ ਇਹੀ ਦੱਸਣ ਦਾ ਯਤਨ ਕਰ ਰਹੇ ਹਾਂ ਕਿ ਇਸ ਨੂੰ ਸੀਨਾ ਬਸੀਨਾ ਅੱਗੇ ਕਿਵੇਂ ਲੈ ਕੇ ਜਾਣਾ ਹੈ ਅਗਲੀ ਜਨਰੇਸ਼ਨ ਨੇ ਕਿਵੇਂ ਮਨਾਉਣਾ ਹੈ ਇਹਨਾਂ ਅਰਥਾਂ ਤੱਕ ਪਹੁੰਚਣ ਵਾਸਤੇ ਸਾਨੂੰ ਆ ਹੀਲੇ ਕਰਨੇ ਪੈਂਦੇ ਨੇ ਬਿਲਕੁਲ ਜੀ ਸਾਡਾ ਮਕਸਦ ਹੀ ਜਿਹੜਾ ਗੱਲਬਾਤ ਪ੍ਰੋਗਰਾਮ ਆ ਉਹਦੇ ਵਿੱਚ ਸਾਡਾ ਮਤਲਬ ਹੀ ਇਹ ਹੈਗਾ ਕਿ ਜੋ ਚੀਜ਼ਾਂ ਅਸੀਂ ਕਿਸੇ ਨੂੰ ਅਵੇਅਰਨੈਸ ਦੇਣੀ ਹੈ ਕੁਝ ਜਾਗਰੂਕਤਾ ਕਰਨੀ ਹੈ ਉਹਦੇ ਲਈ ਗੱਲਬਾਤ ਕਰਦੇ ਹਾਂ ਜਾਂ ਕੋਈ ਚੀਜ਼ਾਂ ਸਾਡੀਆਂ ਭੁੱਲ ਵਿਸਤਰ ਜਾਂਦੀਆਂ ਜਾਣ ਵਾਲੀਆਂ ਲੱਗਦੀਆਂ ਨੇ ਸਾਨੂੰ ਲੱਗਦਾ ਖਦਸ਼ਾ ਕਿ ਇਹ ਨਾ ਹੋਵੇ ਕਿ ਸਾਡੇ ਨਾਲੇ ਲੋਹੜੀਆਂ ਭੁੱਲ ਜਾਣ ਕਈ ਕੁਛ ਇਹੋ ਜਿਹਾ ਹੈ ਗੁਰਚੰਦ ਸਿੰਘ ਜਿਹੜਾ ਪੀੜ੍ਹੀ ਦੇ ਨਾਲ ਅਲੋਪ ਹੋ ਰਿਹਾ ਸਾਡੀ ਕੋਸ਼ਿਸ਼ ਹੈ ਕਿ ਉਹ ਅਲੋਪ ਹੋਣ ਤੋਂ ਬਚਾ ਲਿਆ ਜਾਵੇ ਉਸ ਨੂੰ ਵਕਤ ਦੇ ਉੱਤੇ ਇੱਕ ਇਹੋ ਜਿਹੇ ਵਕਤ ਦੇ ਸੀਨੇ ਤੇ ਪੈੜ ਕਰ ਦਿੱਤੀ ਜਾਵੇ ਜਿਹੜੀ ਆ ਰਹੀ ਪੀੜ੍ਹੀ ਉਸਨੂੰ ਦੇਖ ਸਕੇ ਹੁਣ ਜਿਵੇਂ ਆ ਸਾਡੀ ਵੀਡੀਓ ਜਿਹਦੀ ਹੈ ਜਦੋਂ ਗੱਲਬਾਤ ਪ੍ਰੋਗਰਾਮ ਦੇ ਵਿੱਚ ਚੱਲਣੀ ਹੈ ਜਿਹੜੇ ਵੀ ਸੁਣਨਗੇ ਚਾਹੇ ਉਹ ਕੈਨੇਡਾ ਚ ਰਹੇ ਚਾਹੇ ਅਮਰੀਕਾ ਚ ਨੇ ਚਾਹੇ ਕਿਤੇ ਵੀ ਨੇ ਤਾਂ ਉਹ ਜ਼ਰੂਰ ਉਹਨਾਂ ਨੂੰ ਪਤਾ ਲੱਗੂ ਕਿ ਹਾਂ ਬਈ ਲੋਹੜੀ ਵੀ ਇੱਕ ਹੁੰਦੀ ਹੈ ਤੇ ਲੋਹੜੀ ਦੇ ਵਿੱਚ ਅਸੀਂ ਇਹ ਵੀ ਕਹਿੰਦੇ ਹੁੰਦੇ ਆ ਬਈ ਨਵੀਆਂ ਵਿਆਹੀਆਂ ਜਿਹੜੀਆਂ ਵਹੁਟੀਆਂ ਨੇ ਉਹ ਅਕਸਰ ਪੇਕੇ ਜਿਹੜੇ ਨੇ ਉਹਨਾਂ ਲਈ ਗਿਫਟ ਵੀ ਭੇਜਦੇ ਨੇ ਹਾਂ ਹੈ ਨਾ ਉਹਨਾਂ ਲਈ ਨਵੇਂ ਸੂਟ ਆਉਂਦੇ ਨੇ ਭਾਜੀ ਆਉਂਦੀ ਹੈ ਲੱਡੂ ਆਉਂਦੇ ਆ ਕੱਚੇ ਚੌਲਾਂ ਦੀ ਸੰਧਾਰਾ ਆਉਂਦਾ ਕੱਚੇ ਚੌਲਾਂ ਦੀਆਂ ਪਿੰਨੀਆਂ ਆਉਂਦੀਆਂ ਨੇ ਤੇ ਫਿਰ ਸਹੁਰਿਆਂ ਨੂੰ ਚਾਹ ਵੀ ਚੜਿਆ ਹੁੰਦਾ ਕਿ ਆਂਢ ਗੁਆਂਢ
मैं उन्होंने पूछा की हाल चाल है, कहिंदी की हाल चाल है, जदों किसी के विआह दे चूड़ियां छणकदियां ने मैनूं बहुत याद आउंदियां ने। मैं क्या हुण क्यों याद आउंदियां ने, कहिंदी जी करदा वी ओह त्यौहार त्यौहार जे दुबारा तो होण सारे ते मैं रीतां रस्मां दे विच दी लंघा। खास तौर ते जिहड़ा पहला साल हुंदा जदों विआह तों बाद पहला साल हुंदा उदों दे जिहड़े त्यौहार हुंदे हमेशा चेतिआं च रहिंदे ने, ओह वाला सूट जिहड़ा दित्ता हुंदा ओह तुहानूं चेते रहिंदा मेहमान ओह दित्ता सी, लड्डू लैके आए सी, ओह लैके आए सी, गचकां आईआं सीगीआं। सो इह हालांकि कई वारी ते इंज लगदा हुंदा कि लैण देण जिहड़ा वा जे उहनूं बहुत ज्यादा वधा चढ़ा लिया जाए तो कई बार लगता हूं कि रस्म भार जिहा भी बन गया, पर जे चार नाल कीतियां जाण ते ए रस्मां देखो जी गलगूठा दे के तां नहीं करवाउणियां चाहीदियां, नहीं करवाउणियां पर जे कोई खुशी नाल करदा तां होणियां भी चाहीदियां, होणियां भी चाहीदियां। मैनूं याद है कि होर नहीं कुछ ते सानूं लोहड़ी दे उपर सूट जरूर साडी मां दिंदी सी, उन्हां ने कहना भी लोहड़ी जरूर देणी आ कुड़ियां नूं, होर चाहे तुसीं बाहलियां रीतां रिवाजां ना भी करो, असीं भी इत्थे रखे होए कि अपनी धी नूं लोहड़ी जरूर देणी है, होर भावें चीजां जिहड़ियां ने। मैं अज कह रही सी भी आपां नूं छो आप तो एक ये होंगे ना कि तुम जो किसी गिफ्ट दिने अगले वो दिन याद आता है, वह भी उस तरह मना की कोशिश करते हैं, ज आ रहे समय के इस तरह उसनों अगे तोरन की कोशिश करते बिल्कुल करते हैं। सो ये रीझा तो ये रवायत यह साड़िया एक सेहतमंद रवायत ने जिन्हों कायम रखना अति अति जरूरी है। ए एक असी जो लोहड़ी मंगन जाते हैं है ना, तो जे कोई छेती लोहड़ी नहीं ना पाँगा पता की होंगे साढ़े पैर हेठ सलाइया लोहड़ी गलबात साझी की उम्मीद है सारे घर लोहड़ी मनाते हो गए, असि इन्हों त्योहारों जिंदा रखना है, इन्हों भुलना नहीं, यह लोहड़िया सदा ही मनाई दया रहन, खुशियां जिहड़ियां ने हर एक दे विहड़े विच ਔਨ। ਸੋ ਲੈਣੇ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਜਾਰੀ ਰੱਖਾਂਗੇ। ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਗੱਲਬਾਤ ਵਿੱਚ। ਆਪਾਂ ਪ੍ਰੋਗਰਾਮ ਗੱਲਬਾਤ ਵਿੱਚ ਹੁਣੇ ਗੱਲਬਾਤ ਕਰ ਰਹੇ ਸਾਂ ਲੋਹੜੀ ਦੇ ਉੱਪਰ, ਲੋਹੜੀ ਦਾ ਤਿਉਹਾਰ, ਠੰਡ ਦਾ ਤਿਉਹਾਰ, ਠੰਡ ਨੂੰ ਬਾਏ ਬਾਏ, ਠੰਡ ਨੂੰ ਅਲਵਿਦਾ ਕਹਿਣ ਨੂੰ ਜੀ ਕਰਦਾ ਹੁੰਦਾ ਲੋਹੜੀ 'ਤੇ, ਅਤੇ ਫਿਰ ਠੰਡ ਚਲੇ ਵੀ ਜਾਂਦੀ ਹੈ, ਅਤੇ ਲੋਹੜੀ ਤੋਂ ਅਗਲੇ ਦਿਨ ਇੱਕ ਹੋਰ ਵੀ ਬਲਵਿੰਦਰ ਬਰਾੜ ਜੀ ਤਿਉਹਾਰ ਆਪਾਂ ਮਨਾਉਂਦੇ ਮਾਘੀ ਦਾ ਜੀ, ਮਾਘੀ ਦਾ, ਮਾਘੀ ਦਾ ਜੀ, ਕਹਿੰਦੇ ਨੇ ਕਿ ਰਾਤ ਨੂੰ ਲੋਹੜੀ ਸੀਗੀ ਅਤੇ ਅਗਲੇ ਦਿਨ ਮਾਘੀ ਆ। ਸੋ ਮਾਘੀ ਦੇ ਨਾਲ ਇੱਕ ਹੋਰ ਵੀ ਬੜੀ ਵਧੀਆ ਗੱਲ ਜੁੜੀ ਹੋਈ ਆ ਕਿ ਪੋਹ ਰਿੱਧੀ ਅਤੇ ਮਾਘ ਖਾਧੀ, ਕਿ ਪੋਹ ਜਿਹੜੀ ਚੀਜ਼ ਦਾ ਖਾਣ ਪੀਣ ਦਾ ਸੰਬੰਧ ਵੀ ਸਾਡੇ ਤਿਉਹਾਰਾਂ ਦੇ ਨਾਲ ਬਹੁਤ ਹੈ। ਹਾਂਜੀ ਹਾਂਜੀ, ਅਸੀਂ ਮਾਘੀ ਦੇ ਉੱਪਰ ਵੀ ਖਾਸ ਕਹਿੰਦੇ ਖੁਸ਼ੀ ਦੇ ਨਾਲ ਹਰੀ ਦੇ ਵਿੱਚ ਪਾਥੀਆਂ ਪਾ ਕੇ ਨਾ ਜੀ ਰਾਤ ਨੂੰ ਰੱਖ ਦਿੰਦੇ ਨੇ, ਅਤੇ ਰਾਤ ਨੂੰ ਰੱਖ ਕੇ ਉਹ ਸਾਰੀ ਰਾਤ ਰਿੱਝੀ ਜਾਂਦੀ ਹੈ ਪੋਹ ਦੀ ਆਖਰੀ ਰਾਤ ਨੂੰ, ਤੇ ਮਾਘ ਅਗਲੇ ਦਿਨ ਚੜ੍ਹਨਾ ਹੁੰਦਾ ਤੇ ਉਹ ਮਾਘ ਨੂੰ ਉਹ ਖੀਰ ਖਾਂਦੇ ਮੈਨੂੰ ਜਾਵੇ ਖੀਰ ਜਿਹੜੀ ਬਹੁਤ ਉਹ ਵੀ ਗੰਨੇ ਦੇ ਰਸ ਦੀ ਰੋਹ ਦੀ ਖੀਰ, ਹਾਂ ਰੋਹ ਦੀ ਖੀਰ, ਰੋਹ ਦੀ ਖੀਰ ਜਿਹੜੀ ਉਹਦਾ ਜਿਹੜਾ ਸਵਾਦ। ਇੱਕ ਹੋਰ ਗੱਲ ਹੁੰਦੀ ਹੈ ਮੈਨੂੰ ਲੱਗਦਾ ਵੀ ਪੋਹ ਦੇ ਮਹੀਨੇ ਵਿੱਚ ਵਿਆਹ ਨਹੀਂ ਹੁੰਦੇ, ਹਾਂ ਕਿਉਂਕਿ ਠੰਡ ਬੜੀ ਮਾਘ ਤੋਂ ਸ਼ੁਰੂ ਹੋ ਜਾਂਦੀ ਮਾਘ ਦੇ ਨਾਲ ਪੋਹ ਚ ਉਹਦਾ ਇਹਦੇ ਨਾਲ ਵੀ ਕੁਝ ਜੁੜਿਆ ਹੋਇਆ, ਖੈਰ ਪਤਾ ਨਹੀਂ ਕਿਉਂ ਨਹੀਂ ਕਰਦੇ ਉਹਨਾਂ, ਕਹਿੰਦੇ ਨੇ ਕਿ ਉਹ ਕੁਝ ਇਹੋ ਜਿਹੇ ਮਹੀਨੇ ਨੇ ਚੰਦਰਮਾ ਦੇ ਨਾਲ ਰਿਲੇਟਡ ਕਿ ਉਦੋਂ ਮਾਘ ਤੋਂ ਸ਼ੁਰੂ ਹੋ ਜਾਂਦੇ ਨੇ ਵਿਆਹ, ਉਹ ਪਿੰਡਾਂ ਦੇ ਵਿੱਚ ਮਾਘ ਦਾ ਮੱਘਰ ਦਾ ਇਸ ਤਰ੍ਹਾਂ ਕਰਕੇ ਗੱਲਾਂ ਕਰਦੇ ਨੇ। ਤੇ ਆਪਾਂ ਵੇਖੋ ਇੱਕ ਗੱਲ ਹੋਰ ਵੀ ਬੜੀ ਹੈਗੀ ਹੈ ਕਿ ਜਿਹੜੀ ਗੰਨਿਆਂ ਦਾ ਰਸ, ਗੰਨਿਆਂ ਦੀ ਰੋਹ ਜਿਹੜੀ ਹੁੰਦੀ ਹੈ ਉਹ ਪੀ ਕੇ, ਵੇਖੋ ਠੰਡ ਇੰਨੀ ਹੁੰਦੀ ਹੈ ਪਰ ਫਿਰ ਵੀ ਆਪਾਂ ਰੋਹ ਵੀ ਪੀਂਦੇ ਹਾਂ, ਤੇ ਖੀਰ ਜਿਹੜੀ ਸਵੇਰੇ ਬੜੀ ਹੁੰਦੀ ਦਹੀਂ ਦੇ ਨਾਲ ਖਾਣ ਦਾ ਜਿਹੜਾ ਸਵਾਦ ਆਉਂਦਾ। ਸੋ ਪੋਹ ਰਿੱਧੀ ਤੇ ਮਾਘ ਖਾਧੀ, ਤੇ ਗੱਲ ਹੁਣ ਆ ਰਹੀ ਹੈ ਜੀ ਸਾਡੀ ਮਾਘੀ ਤੇ। ਹਾਂਜੀ, ਤੇ ਮਾਘੀ ਦੇ ਨਾਲ ਇੱਕ ਬਲਵਿੰਦਰ ਬਰਾੜ ਜੀ ਹੋਰ ਚੀਜ਼ ਵੀ ਜੁੜੀ ਹੈ ਕਿ ਕਹਿੰਦੇ ਹੁੰਦੇ ਕਿ ਭਾਈ ਤੁਸੀਂ ਲੋਹੜੀ ਵਾਲੇ ਦਿਨ ਤੇ ਚਾਹੇ ਨਹੀਂ ਨਹਾਤੇ ਤੇ ਮਾਘ ਦੇ ਫੇਰੇ ਉੱਠ ਕੇ ਜ਼ਰੂਰ ਨਹਾਇਓ। ਮਾਘ ਦਾ ਇਸ਼ਨਾਨ ਖਾਸ ਕਰਕੇ ਮੁਕਤਸਰ ਦੇ ਵਿੱਚ, ਮਾਘੀ ਦਾ ਇਸ਼ਨਾਨ ਬਹੁਤ ਮਸ਼ਹੂਰ ਮੰਨਿਆ ਜਾਂਦਾ। ਮੈਨੂੰ ਤਾਂ ਐਂ ਲੱਗਦਾ ਵੀ ਸਿਆਲ ਸਿਆਲ ਲੋਕੀ ਨਹਾਉਂਦੇ ਨਹੀਂ ਹੋਣੇ ਆ, ਤੇ ਫਿਰ ਜਦੋਂ ਉਹਨਾਂ ਨੂੰ ਲੱਗਦਾ ਮਕਰ ਸੰਕ੍ਰਾਂਤੀ ਜਿਹਨੂੰ ਕਹਿੰਦੇ ਨੇ, ਮੇਖਾ ਮਹੀਨਾ ਵੀ ਚੜਿਆ ਹੈ ਨਾ, ਮਹੀਨਾ ਨਵਾਂ ਮਹੀਨਾ ਚੜਿਆ, ਸੰਕ੍ਰਾਂਤੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਨਾ ਗੁਰਚੰਦ ਸਿੰਘ ਜੀ ਜਿਹੜਾ ਮੁਕਤਸਰ ਦਾ ਨਾਮ ਸੀ ਉਹ ਖਿਦਰਾਣੇ ਦੀ ਢਾਬ ਸੀ, ਹਾਂ ਇਹਦੇ ਨਾਲ ਇੱਕ ਆਪਣਾ ਧਾਰਮਿਕ ਪਹਿਲੂ ਜਿਹੜਾ ਬਹੁਤ ਮਹੱਤਵਪੂਰਨ ਹੋਇਆ। ਸੋ ਮੈਨੂੰ ਲੱਗਦਾ ਕਿ ਆਪਾਂ ਇਹਦੀ ਗੱਲ ਕਰਦੇ ਹਾਂ ਫਿਰ ਆਪਣੇ ਮਾਘੀ ਦੇ ਸੱਭਿਆਚਾਰਕ ਜਿਹੜਾ ਪੱਖੋਂ ਦੀ ਬਾਤ ਕਰ ਰਹੇ। ਮੈਨੂੰ ਯਾਦ ਹੈ ਜਦੋਂ ਮੈਂ ਮੁਕਤਸਰ ਪਹਿਲਾਂ ਪਹਿਲਾਂ ਗਈ ਹਾਂ ਤਾਂ ਉੱਥੇ ਇੱਕ ਸਮਾਧ ਸੀਗੀ ਬਣੀ ਹੋਈ ਜਿਹਨੂੰ ਸਾਰੇ ਲੋਕ
छित्र मार के आंदे सी जिन्हें गुरु गोबिंद सिंह जी ते अटैक किया एक बार चलाने की कोशिश की सी ਉਹਨੂੰ ਹਰੇ ਸਾਰੇ ਲੋਕ ਪਹਿਲਾਂ ਉੱਥੇ ਮਿੱਟੀ ਪਾਉਂਦੇ ਫਿਰ ਜਿਉਂ ਕੁੱਟਣ ਲੱਗਦੇ ਜਿਉਂ ਕੁੱਟਣ ਲੱਗਦੇ ਔਰ ਪੂਰੇ ਗੁੱਸੇ ਨਾਲ ਕੁੱਟਦੇ ਵੀ ਇਹ ਸਮਾਧ ਕੁੱਟਣੀ ਹੈ ਕਿ ਉਹਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਤੇ ਉਹ ਖਿਦਰਾਣੇ ਦੀ ਢਾਬ ਜਿਹੜੀ ਸੀ ਜਿੱਥੇ 40 ਸਿੰਘਾਂ ਨੇ ਬੇਦਾਵਾ ਪਹਿਲਾਂ ਆਨੰਦਪੁਰ ਸਾਹਿਬ ਦੇ ਦਿੱਤਾ ਸੀ ਤਾਂ ਮਾਈ ਭਾਗੋ ਜਿਹੜੀ ਸੀ ਉਹਨੇ ਅਗਵਾਈ ਕੀਤੀ ਝਬਾਲ ਦੀ ਰਹਿਣ ਵਾਲੀ ਮਾਈ ਭਾਗੋ ਖੜੀ ਹੋ ਗਈ ਉਹਨੇ ਉਹਨੇ ਅਗਵਾਈ ਕੀਤੀ ਇਸ ਟੁਕੜੀ ਦੀ ਤਾਂ ਉਹਨਾਂ ਨੇ ਕਿੰਨੇ ਸਿੰਘਾਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ ਉਹ ਸ਼ਹੀਦੀ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਜੇਬ ਵਿੱਚ ਹੋਰ ਕੁਛ ਨਹੀਂ ਸੀ ਬੇਦਾਵਾ ਸੀ ਤੇ ਉਹਨਾਂ ਨੇ ਉਸ ਸ਼ਹੀਦ ਨੂੰ ਕੋਈ ਬੋਲੇ ਦੇਣ ਨਹੀਂ ਸੀ ਹੋਏ ਆਨੰਦਪੁਰ ਸਾਹਿਬ ਤੋਂ ਨਿਕਲੇ ਨੇ ਚਮਕੌਰ ਸਾਹਿਬ ਦਾ ਯੁੱਧ ਹੋਇਆ ਘਰ ਹੀ ਆਏ ਸੀ ਘਰ ਹੀ ਵੜਨ ਦਿੱਤੇ ਉੱਥੋਂ ਤੁਰਦੇ ਤੁਰਦੇ ਗੁਰੂ ਸਾਹਿਬ ਆਨੰਦ ਆਪਣੇ ਮੁਕਸਰ ਆਏ ਨੇ ਤੇ ਉੱਥੇ ਆ ਕੇ ਕਹਿੰਦੇ ਨੇ ਕਿ ਉਹਨਾਂ ਨੇ ਜਦੋਂ ਆਪਣੇ ਇਕੱਠੇ ਹੋਏ ਡੇਰਾ ਉਹਨਾਂ ਨੇ ਆਪਦੇ ਸ਼ਹਿਰੇ ਸੁੱਕਣੇ ਪਾਤੇ ਜਦੋਂ ਚਮਕੌਰ ਸਾਹਿਬ ਤੋਂ ਆਏ ਨੇ ਉੱਚ ਦਾ ਪੀਰ ਬਣ ਕੇ ਨਿਕਲੇ ਨੇ ਉੱਚ ਦਾ ਪੀਰ ਜਿਹੜਾ ਸੀ ਫਿਰ ਉਹ ਆਲਮਗੀਰ ਸਾਹਿਬ ਹੈ ਲੁਧਿਆਣੇ ਦੇ ਵਿੱਚ ਜਗ੍ਹਾ ਆਲਮਗੀਰ ਸਾਹਿਬ ਹੈ ਤੇ ਉੱਥੇ ਫਿਰ ਉਹਨਾਂ ਨੂੰ ਉੱਚ ਦੇ ਪੀਰ ਤੋਂ ਫਿਰ ਉਹਨਾਂ ਨੂੰ ਜਿਹੜਾ ਸੀਗਾ ਗੁਰਸਿੱਖ ਜਿਹੜੇ ਉਹਨਾਂ ਨੇ ਦਿੱਤਾ ਬਾੜਾ ਇੱਕ ਮਾਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੇਟਾ ਭੇਟ ਕੀਤਾ ਤੇ ਉਹ ਪਾ ਕੇ ਮੁੜ ਕੇ ਉੱਥੋਂ ਨਿਕਲੇ ਨੇ ਤੇ ਪਿੰਡੋ ਪਿੰਡੇ ਹੁੰਦੇ ਉਹ ਖਿਦਰਾਣੇ ਦੀ ਢਾਬ ਖਿਦਰਾਣੇ ਦੀ ਢਾਬ ਤੇ ਪਹੁੰਚੇ ਪਰ ਪਿੱਛੇ ਪਿੱਛੇ ਦੁਸ਼ਮਣ ਲੱਗੇ ਹੋਏ ਸੀ ਹਾਂ ਉਹ ਨਾ ਉਸ ਵੇਲੇ ਸਿੰਘਾਂ ਨੇ ਇੱਕ ਸ਼ਹਿਰੇ ਸੁੱਕਣੇ ਪਾਤੇ ਉਹ ਕਹਿੰਦੇ ਝਾੜੀਆਂ ਤੇ ਪਾ ਦਿੱਤੇ ਝਾੜੀਆਂ ਤੇ ਝਾੜੀਆਂ ਉਹਨਾਂ ਨੇ ਸਮਝਿਆ ਕਿ ਤੇ ਟੈਂਟ ਲਾਏ ਹੋਏ ਨੇ ਹਾਂ ਤੇ ਕਹਿੰਦੇ ਵੀ ਮੁਗਲ ਡਰ ਗਏ ਕੀ ਫਾਲ ਵੈਸੇ ਉਹ ਸਾਰੇ ਸ਼ਹੀਦ ਹੋ ਗਏ ਨੇ ਹੋ ਗਏ ਤੇ ਆਪਣੇ ਪੱਟਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਦਾ ਮਹਾ ਸਿੰਘ ਦਾ ਸਿਰ ਰੱਖ ਕੇ ਕਿਹਾ ਵੀ ਲੈ ਮੈਂ ਆਪ ਬੇਦਾਵਾ ਮੈਨੂੰ ਵੇਖੋ ਜੀ ਬਿਲਕੁਲ ਇਸ ਘਟਨਾ ਦਾ ਹੈਗਾ ਕਿਉਂਕਿ ਮੇਰਾ ਆਪਣਾ ਪਿੰਡ ਜਿਹੜਾ ਬਿਲਕੁਲ ਝਬਾਲ ਦੇ ਨੇੜੇ ਮੇਰੇ ਸਹੁਰਿਆਂ ਦਾ ਪਿੰਡ ਹੈ ਮੇਰਾ ਨਾਲ ਹੀ ਹੈ ਜੀ ਮੁਕਸਰ ਦੇ 8 ਕਿਲੋਮੀਟਰ ਤੇ ਹੀ ਹੈ ਤੇ ਝਬਾਲ ਜਿਹੜਾ ਸੀਗਾ ਉੱਥੋਂ ਦੀ ਮਾਈ ਭਾਗੋ ਜਿਹੜੀ ਹੈ ਸੋ ਜਦੋਂ ਕਹਿੰਦੇ ਨੇ ਕਿ ਉਹ ਸਿੰਘ ਉੱਥੇ 40 ਸਿੰਘ ਪਹੁੰਚੇ ਨੇ ਮਾਝੇ ਦੇ ਤੇ ਉਹ ਕਹਿੰਦੀ ਵੀ ਤੁਸੀਂ ਚੂੜੀਆਂ ਪਾ ਲਓ ਚੂੜੀਆਂ ਪਾ ਲਓ ਤੁਸੀਂ ਹਾਂ ਤੇ ਰੋਟੀ ਪਾਣੀ ਤੁਸੀਂ ਪਕਾਓ ਤੇ ਅਸੀਂ ਚੱਲਦੇ ਹਾਂ ਅਸੀਂ ਜਾਂਦੇ ਹਾਂ ਅਸੀਂ ਚੱਲਦੇ ਹਾਂ ਸੋ ਉਹ ਫਿਰ ਲੈ ਕੇ ਉੱਥੇ ਪੈਰ ਨੱਪਦੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਗੁਰੂ ਸਾਹਿਬ ਸੀ ਤੇ ਉਹਨੇ ਚਿਰ ਨੂੰ ਉਧਰੋਂ ਜਿਹੜੇ ਮੁਗਲ ਜਿਹੜੇ ਫੌਜਾਂ ਆ ਗਈਆਂ ਉੱਥੇ ਲੜਾਈ ਹੋਈ ਗਹਿ ਗੱਚ ਲੜਾਈ ਹੋਈ ਗਹਿ ਗੱਚ ਲੜਾਈ ਹੋਈ ਕਹਿੰਦੇ ਉਸ ਲੜਾਈ ਦੇ ਵਿੱਚ ਉਹ 40 ਸਿੰਘ ਜਿਹੜੇ ਸੀ ਉਹ ਸ਼ਹੀਦ ਹੋਏ ਉਹਨਾਂ ਨੇ ਉਸ ਸ਼ਹੀਦੀ ਨੂੰ ਸ਼ਾਬਾਸ਼ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬੇਦਾਵਾ ਉੱਥੇ ਪਾੜ ਦਿੱਤਾ ਵੇਖੋ ਜੀ ਗੱਲ ਇਹ ਆ ਕਿ ਸਿੱਖੀ ਦੇ ਵਿੱਚ ਟੁੱਟੀ ਗੰਢਣ ਦਾ ਜੜਾ ਹੈ ਹਾਂ ਟੁੱਟੀ ਗੰਢਣ ਹਾਰ ਗੋਪਾਲ ਇੱਕ 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 ਕਹ ਲਓ ਕਿ ਇੱਕ ਚੀਜ਼ ਹੈ ਜਿਹੜੀ ਉਹ ਬਹੁਤ ਹੈ ਕਿ ਤੁਸੀਂ ਗਲਤੀ ਕਰ ਲੈਂਦੇ ਹੋ ਨਾ ਕੋਈ ਡਰ ਨਹੀਂ ਉਸ ਗਲਤੀ ਦੀ ਬਹੁਤ ਪਿਤਾ ਗੜ ਲਾਵੇ ਬਹੁਤ ਪਿਤਾ ਗੜ ਲਾਵੇ ਉਹਦੀ ਮਾਫੀ ਵੀ ਸਿੱਖੀ ਦੇ ਵਿੱਚ ਹੈਗੀ ਹੈ ਕਿ ਗਲਤੀ ਜਿਹੜੀ ਹੈ ਤੁਸੀਂ ਕਰ ਲਈ ਹੈ ਅਗਰ ਤੁਸੀਂ ਦਿਲੋਂ ਉਹਨੂੰ ਮਹਿਸੂਸ ਕਰਦੇ ਹੋ ਜੇ ਉਹ ਤੁਸੀਂ ਅੰਦਰੋਂ ਮਹਿਸੂਸ ਕਰਦੇ ਹੋ ਕਿ ਹਾਂ ਮੈਂ ਗਲਤੀ ਕੀਤੀ ਪਛਤਾਵੇ ਚੋ ਉਸ ਪਛਤਾਵੇ ਦੇ ਜਵਾਬ ਵਿੱਚ ਉਹ ਸ਼ਾਬਾਸ਼ੀ ਦਿੰਦੇ ਹੋਏ ਉਸ ਬੇਦਾਵੇ ਨੂੰ ਪਾੜ ਕੇ ਉਹਨੂੰ ਗੜ ਲਾਉਂਦੇ ਸੋ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਜਿਹੜੀ ਮਾਘੀ ਦੇ ਨਾਲ ਜੁੜੀ ਹੋਈ ਹੈ ਤੇ ਮੁਕਤਸਰ ਸਾਹਿਬ ਉਹਨਾਂ 40 ਮੁਕਤਿਆਂ ਦੇ ਨਾਂ ਦੇ ਉੱਪਰ ਅੱਜ ਇੱਕ ਬਹੁਤ ਵੱਡਾ ਸ਼ਹਿਰ ਬਣਿਆ ਹੋਇਆ ਮੈਂ ਵੀ ਇਸ ਜਗ੍ਹਾ ਦੇ ਉੱਪਰ ਗਈ ਹੋਈ ਹਾਂ ਇੱਕ ਟਿੱਲਾ ਸਾਹਿਬ ਗੁਰਦੁਆਰਾ ਵੀ ਹੈ ਜਿੱਥੇ ਕਹਿੰਦੇ ਨੇ ਕਿ ਫੌਜਾਂ ਜਿਹੜੀਆਂ ਸੀਗੀਆਂ ਉੱਤੇ ਗੁਰੂ ਸਾਹਿਬ ਜੀ ਉੱਤੇ ਬੈਠ ਕੇ ਉੱਥੇ ਤੀਰ ਉਹਨਾਂ ਨੇ ਚਲਾਏ ਸੀਗੇ ਤੇ ਉਹਨਾਂ ਨੇ ਉਹ ਜੰਗ ਜਿਹੜਾ ਸੀ ਉਹਨੂੰ ਜਿੱਤਿਆ ਸੀਗਾ ਬਿਲਕੁਲ ਸੋ ਉਹ ਵੇਖੋ ਉਹ ਵਿਅਕਤੀ ਜਿਹੜਾ ਕਿ ਆਪਣੇ ਪੁੱਤਰਾਂ ਨੂੰ ਮਾਰ ਚੁੱਕਿਆ ਬਿਲਕੁਲ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਵੱਡੇ ਸ਼ਹੀਦ ਹੋ ਚੁੱਕੇ ਛੋਟੇ ਸ਼ਹੀਦ ਹੋ ਚੁੱਕੇ ਨੇ ਕਮਾਲ ਦੀ ਗੱਲ ਤਾਂ ਇਹ ਹੈ ਜੀ ਪਿਆਰਿਆਂ ਦੇ ਵਿੱਚੋਂ ਵੀ ਕੁਝ ਜਾਨਾਂ ਮਾਰ ਚੁੱਕੇ ਨੇ ਤਾਂ ਉਹ ਆਪਣਾ ਸਾਰਾ ਕੁਝ ਸਰਵੰਸ ਗਵਾ ਕੇ ਵੀ ਹਜੇ ਵੀ ਸਿੱਖੀ ਦੀ ਰਾਖੀ ਕਰ ਰਹੇ ਹਨ ਬਿਲਕੁਲ ਦੇਖੋ ਜੀ ਕਮਾਲ ਦੀ ਗੱਲ ਇਹ ਹੈ ਵੀ ਜਨਵਰੀ ਜਦੋਂ ਸਾਲ ਸ਼ੁਰੂ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਨਾਲ ਸ਼ੁਰੂ ਹੁੰਦਾ ਹੈ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਸਾਲ ਖਤਮ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਸ਼ਹੀਦੀ ਦਿਨ 6 ਜਨਵਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆਪਾਂ ਮਨਾ ਕੇ ਹਟਿਆ ਦਸੰਬਰ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੀਗੀਆਂ ਸੋ ਦੁੱਖ ਤੇ ਸੁੱਖ ਜਿਹੜਾ ਉਹ ਨਾਲੋ ਨਾਲ ਚੱਲਦਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਪਟਨਾ ਸਾਹਿਬ ਦਰਸ਼ਨ ਕਰਕੇ ਆਈ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤੇ ਉੱਥੇ ਜਾ ਕੇ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਉਹ ਮਹਾਪੁਰਸ਼ ਦਾ ਜਨਮ ਹੈ ਤੇ ਉਹਦੇ ਨੇੜੇ ਹੀ ਨਾ ਇੱਕ ਖੂਹੀ ਹੈ ਜਿੱਥੋਂ ਮਾਤਾ ਗੁਜਰੀ ਜੀ ਪਾਣੀ ਕੱਢਦੇ ਸੀ ਉਹ ਉੱਥੇ ਹਲੇ ਵੀ ਹੈ ਤੇ ਉੱਥੇ ਨਾ ਤੁਹਾਡੇ ਅੰਦਰ ਮਹਿਸੂਸ ਹੁੰਦਾ ਹੈ ਕਿ ਤੁਸੀਂ ਇਹ ਮੈਂ ਗੁਰਚੰਦ ਜੀ ਪਹਿਲਾਂ ਨਨਕਾਣਾ ਸਾਹਿਬ ਵੀ ਦਰਸ਼ਨ ਕੀਤੇ ਹੋਏ ਨੇ ਤੇ ਮੈਨੂੰ ਲੱਗਾ ਸਿਲੇਬਸ ਪੂਰਾ ਉਦੋਂ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਉੱਥੇ ਜਾ ਚੱਲੇ ਮੈਂ ਵੇਖਿਆ ਕਿ ਜਦੋਂ ਅਸੀਂ ਚਮਕੌਰ ਸਾਹਿਬ ਗਏ ਆ ਤੇ ਉੱਥੇ ਉਹ ਗੜੀ ਜਿਹੜੀ ਸੀ ਚਮਕੌਰ ਦੀ ਵੇਖੀ ਥੱਲੇ ਪਾਣੀ ਕਿੰਨਾ ਡੂੰਘਾ ਸੀ ਤਾਂ ਮੇਰੇ ਅੱਖਾਂ ਸਾਹਮਣੇ ਉਹ ਇੱਕ ਦ੍ਰਿਸ਼ ਆਉਂਦਾ ਸੀ ਕਿ ਉਹ ਵੀ ਦਿਨ ਹੋਊਗਾ ਗੁਰੂ ਸਾਹਿਬ ਇੱਥੇ ਬੈਠੇ ਹੋਣਗੇ ਸਾਹਿਬਜ਼ਾਦੇ ਤੀਰ ਮਾਰ ਕੇ ਥੱਲੇ ਪਾਣੀ ਕੱਢਿਆ ਥੱਲੇ ਲੜਨ ਗਏ ਹੋਣਗੇ ਉਹ ਕਿਸ ਤਰੀਕੇ ਦਾ ਮਹਾਪੁਰਸ਼ ਸੀਗਾ ਅਸੀਂ ਬਿਲਕੁਲ ਨਤਮਸਤਕ ਹਾਂ ਅਸੀਂ ਕੋਟਮ ਕੋਟ ਮੈਕਨੀ ਸਾਡਾ ਅਸੀਂ ਉਹਨਾਂ ਦਾ ਸ਼ੁਕਰ ਗੁਜ਼ਾਰ ਨਹੀਂ ਕਰ ਸਕਦੇ ਕਿ ਜਿੰਨਾ ਉਹਨਾਂ ਨੇ ਸਿੱਖ ਧਰਮ ਵਾਸਤੇ ਕੀਤਾ ਕੀਤਾ ਜੋ ਅਸੀਂ
ਚੰਗੀ ਗੱਲ ਹੈ ਕਿ ਇਨਸਾਨੀਅਤ ਨੂੰ ਇੱਕ ਰਸਤਾ ਦਵਾਇਆ ਅਸੀਂ ਨਾ ਸ਼ੁਕਰੀ ਨਾ ਹੋਈ ਪੂਰੀ ਇਨਸਾਨੀਅਤ ਦੇ ਲਈ ਇੱਕ ਰਾਹ ਜੀਵਨ ਸੇਧ ਸਾਡੇ ਸਾਹਮਣੇ ਦਿੱਤੀ ਹੈ ਇੱਕ ਹੋਰ ਗੱਲ ਸਿੰਧ ਇਹਦੇ ਚ ਜਦੋਂ ਆਪਾਂ ਮਾਘ ਮਹੀਨੇ ਦਾ ਸੰਗਰਾਂਦ ਦਾ ਮਨਾਉਂਦੇ ਆ ਗੁਰਦੁਆਰੇ ਜਾ ਕੇ ਇਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਜਨਾ ਜਦੋਂ ਹੋਈ ਜਪਜੀ ਸਾਹਿਬ ਦੀ ਪਹਿਲੀ ਪੌੜੀ ਜਦੋਂ ਹੋਈ ਕਿਵ ਸਚਿਆਰਾ ਹੋਈ ਹੈ ਇਹ ਸਤਰ ਉਹਦੇ 'ਚ ਇਹ ਸਵਾਲ ਹੈ ਕਿਵੇਂ ਅਸੀਂ ਸੱਚੇ ਬੰਦੇ ਬਣ ਸਕਦੇ ਹਾਂ ਅਤੇ ਜੇ ਇਹਦੀ ਜਵਾਬ ਵਿੱਚ ਆਪਾਂ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਦੀ ਲਾਈਨ ਅੱਗੇ ਰੱਖ ਦਈਏ ਜਿਹਦਾ ਮਤਲਬ ਹੈ ਕਿ ਜੇ ਤੁਸੀਂ ਸੱਚਾਈ ਦੇ ਰਾਹ 'ਤੇ ਤੁਰਦੇ ਹੋ ਇਮਾਨਦਾਰੀ ਦੇ ਰਾਹ 'ਤੇ ਤੁਰਦੇ ਹੋ ਤੁਸੀਂ ਦੀਨ ਇਮਾਨ ਨਾਲ ਆਪਦੀ ਜ਼ਿੰਦਗੀ ਬਤੀਤ ਕਰਦੇ ਹੋ ਤਾਂ ਸਾਰੀ ਦੁਨੀਆ ਦੀਆਂ ਅੱਖਾਂ ਵਿੱਚ ਪ੍ਰਵਾਨ ਚੜ੍ਹਦੇ ਆ ਅਤੇ ਆਹ ਜਿਹੜੀ ਹੁਣੇ ਤੁਸੀਂ ਗੱਲ ਕੀਤੀ ਆ ਆਪਾਂ 12 ਮਾਹ ਦੇ ਵਿੱਚ ਹਰ ਮਹੀਨੇ ਦੀ ਜਿਹੜੀ ਉਪਮਾ ਹੈ ਉਹ ਕੀਤੀ ਹੋਈ ਹੈ ਇਸੇ ਤਰ੍ਹਾਂ ਜਿਹੜਾ ਮਾਘ ਮਹੀਨਾ ਉਹਦੀ ਉਪਮਾ ਵੀ ਹੈ ਕਿ ਮਾਘ ਮੱਜਣ ਸੰਗ ਸਾਧੂਆਂ ਧੂਣੀ ਕਰ ਇਸਨਾਨ ਅਤੇ ਇਹ ਵੀ ਮਤਲਬ ਬੜੀ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਨਿਰੇ ਇਸ਼ਨਾਨ ਨੂੰ ਨਹੀਂ ਕਿਹਾ ਕਿ ਆਪਾਂ ਤੇ ਨਾਲ ਸੋਚਿਆ ਵੀ ਚਲੋ ਮੁਕਤਸਰ ਸਾਹਿਬ ਚਲੇ ਗਏ ਇਸ਼ਨਾਨ ਕਰਕੇ ਆ ਗਏ ਤੇ ਸਮਝ ਲਓ ਸਾਡਾ ਪਾਪ ਉਤਰ ਗਏ ਨੇ ਉਹਨਾਂ ਦਾ ਮੇਰਾ ਖਿਆਲ ਤੁਸੀਂ ਜ਼ਿਆਦਾ ਵਧੀਆ ਸਮਝਾ ਸਕਦੇ ਹੋ ਕਿ ਮਾਘ ਮੱਜਣ ਸੰਗ ਸਾਧੂਆਂ ਧੂਣੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਕੋ ਕਰਦਾ ਕਰਦਾਨ ਦੇਖੋ ਜੀ ਦਾਨ ਦਾ ਲਫ਼ਜ਼ ਪਹਿਲੀ ਗੱਲ ਤਾਂ ਇਹ ਕਿ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ ਜੇ ਸੱਚੀ ਮੁੱਚੀ ਕਰਦੇ ਹੋ ਮੈਂ ਨਾ ਜੀ ਇੱਕ ਕਿਤਾਬ ਪੜ੍ਹੀ ਸੀ ਮਾਰਸ਼ਾ ਅਲਿਆਰਡ ਦੀ ਕਿਤਾਬ ਸੀ ਦੀ ਸੀਕ੍ਰੇਟ ਐਂਡ ਦੀ ਪ੍ਰੋਫੇਨ ਉਸ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਜਦੋਂ ਤੁਸੀਂ ਗੁਰਦੁਆਰੇ ਦੀ ਦਹਿਲੀਜ਼ ਅੰਦਰ ਟੱਪਦੇ ਹੋ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਲੋਕ ਐਵੇਂ ਕਰਦੇ ਨੇ ਵੀ ਥੱਲੇ ਹੱਥ ਲਾ ਕੇ ਫਿਰ ਅੰਦਰ ਮੱਥਾ ਟੇਕਦੇ ਨੇ ਉਹਦੀ ਦੇਹਲੀ 'ਤੇ ਮੈਨੂੰ ਲੱਗਦਾ ਇਹ ਹਿੰਦੂਇਜ਼ਮ ਹੈ ਪਰ ਜਦੋਂ ਮੈਂ ਉਹ ਕਿਤਾਬ ਪੜ੍ਹੀ ਫਿਰ ਮੈਨੂੰ ਲੱਗਿਆ ਕਿ ਜੇ ਤੂੰ ਸੱਚੀ ਮੁੱਚੀ ਸੱਚੇ ਹਿਰਦੇ ਨਾਲ ਅੰਦਰ ਐਂਟਰ ਕਰਦੇ ਹੋ ਕਿਸੇ ਵੀ ਪਵਿੱਤਰ ਸਥਾਨ 'ਤੇ ਜ਼ਰੂਰੀ ਨਹੀਂ ਕਿ ਗੁਰਦੁਆਰਾ ਮੰਦਰ ਮਸਜਿਦ ਕੋਈ ਵੀ ਥਾਂ ਹੋ ਸਕਦਾ ਜਦੋਂ ਤੁਸੀਂ ਉਹਦੇ ਅੰਦਰ ਐਂਟਰ ਕਰਦੇ ਹੋ ਇਹ ਸੋਚ ਕੇ ਕਿ ਮੈਂ ਬਾਹਰਲੀ ਦੁਨੀਆ ਨਾਲੋਂ ਟੁੱਟ ਕੇ ਅੰਦਰਲੀ ਦੁਨੀਆ ਨਾਲ ਜੁੜਨਾ ਹੈ ਤਾਂ ਸੱਚੀ ਮੁੱਚੀ ਤੁਸੀਂ ਅੰਦਰੋਂ ਬਦਲ ਜਾਂਦੇ ਹੋ ਬਿਲਕੁਲ ਉਸੇ ਤਰ੍ਹਾਂ ਇਹ ਇਸ਼ਨਾਨ ਹੈ ਜੇ ਸੱਚੀ ਮੁੱਚੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਆਪਣਾ ਆਪਾ ਪਵਿੱਤਰ ਕਰਨਾ ਮੈਂ ਅਜਿਹਾ ਇਸ਼ਨਾਨ ਕਰਨਾ ਜਿਹਦੇ ਨਾਲ ਮੇਰਾ ਇੰਟਰਨਲ ਮੇਰਾ ਅੰਦਰਲਾ ਆਪਾ ਇੱਕ ਸੁਰ ਹੋ ਕੇ ਉਸ ਪਰਮਾਤਮਾ ਦੀ ਰਜ਼ਾ ਨਾਲ ਰਾਜ਼ੀ ਹੋ ਜਾਏ ਇਸੇ ਦੇ ਵਿੱਚ ਆਉਂਦਾ ਹੈ ਕਿ ਸਭਨਾਂ ਨੂੰ ਕਰ ਦਾਨ ਉਹ ਦਾਨ ਕੰਨਿਆਂ ਦਾਨ ਨਾਲ ਜੁੜਿਆ ਹੋਇਆ ਵਿਆਹਾਂ ਨਾਲ ਜੁੜਿਆ ਹੋਇਆ ਇਹਨਾਂ ਉਹਨਾਂ ਇਹ ਇਕੱਲਾ ਪੰਜਾਬ 'ਚ ਨਹੀਂ ਹੁੰਦਾ ਜੀ ਇਹ ਗੁਜਰਾਤ ਦੇ ਵਿੱਚ ਵੀ ਹੁੰਦਾ ਤਾਮਿਲਨਾਡੂ 'ਚ ਵੀ ਹੁੰਦਾ ਜਿੱਥੇ ਇਹ ਜਿਹੜੀ ਤੁਸੀਂ ਖਾਣ ਦੀ ਗੱਲ ਖਿਚੜੀ ਖਾਣ ਦੀ ਗੱਲ ਕਰਦੇ ਹੋ ਉੱਥੇ ਪੋਂਗਲ ਕਹਿੰਦੇ ਨੇ ਪੋਂਗਲ ਕਹਿੰਦੇ ਉੱਥੇ ਪੋਂਗਲ ਬਣਾਇਆ ਜਾਂਦਾ ਪੋਂਗਲ ਬਣਾਇਆ ਜਾਂਦਾ ਪੋਂਗਲ ਦਾ ਮਤਲਬ ਹੁੰਦਾ ਉਬਾਲਣਾ ਲੋਹੜੀ ਜਿਹੜੀ ਉਹਨੂੰ ਪੋਂਗਲ ਦੇ ਵਜੋਂ ਉਹ ਉਬਾਲਣਾ ਉਹ ਚੌਲ ਉਬਾਲ ਕੇ ਉਸ ਦਿਨ ਖਾਂਦੇ ਨੇ ਕਈ ਸਟੇਟਾਂ ਦੇ ਵਿੱਚ ਇਸ ਨੂੰ ਅਜਿਹੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਇੱਕ ਪਵਿੱਤਰ ਅਜਿਹਾ ਦਿਨ ਹੈ ਜਿਹਦੇ ਤੋਂ ਬਾਅਦ ਅਸੀਂ ਦਿਨਾਂ ਦੇ ਵਿੱਚ ਵੱਡੇ ਦਿਨਾਂ ਦਾ ਆਗਾਜ਼ ਕਰਨਾ ਸ਼ੁਰੂ ਕਰ ਦੇਣਾ ਹੈ ਜਿਹਦੇ ਤੋਂ ਬਾਅਦ ਅਸੀਂ ਅੱਗੇ ਨੂੰ ਵਧਣਾ ਸ਼ੁਰੂ ਕਰ ਦੇਣਾ ਜਿਹਦੇ ਤੋਂ ਬਾਅਦ ਬਰਡਸ ਜਿਹਨੂੰ ਬਰਡਸ ਕਹਿੰਦੇ ਹਾਂ ਆਪਾਂ ਪੁੰਗਰਨਾ ਸ਼ੁਰੂ ਕਰ ਦੇਣਾ ਸਾਡੀ ਖੇਤੀ ਦੇ ਉੱਤੇ ਇੱਕ ਵਧੀਆ ਖੁਮਾਰ ਆਉਂਦਾ ਹੈ ਅਤੇ ਅਸੀਂ ਸਾਰੇ ਸਾਰੇ ਅੰਦਰੋਂ ਬਾਹਰੋਂ ਇੰਨੀ ਖੂਬਸੂਰਤੀ ਵੱਲ ਨੂੰ ਕਦਮ ਪੱਟਦੇ ਹਾਂ ਕਿ ਸਾਡਾ ਸਾਰਾ ਆਪਾਂ ਬਦਲ ਜਾਂਦਾ ਬ੍ਰਾਦਰ ਜੀ ਬਿਲਕੁਲ ਆਪਾਂ ਕਹਿੰਦੇ ਹਾਂ ਕਿ ਸਾਡਾ ਅੰਦਰ ਬਾਹਰ ਜਿਹੜਾ ਖਿੜ ਜਾਂਦਾ ਅਤੇ ਜਿਹੜੀ ਕੁਦਰਤ ਹੈ ਨਾ ਉਹ ਵੀ ਖਿੜਨ ਵਾਲ ਤੁਰ ਪੈਂਦਾ ਬਿਲਕੁਲ ਬਿਲਕੁਲ ਕਿਉਂਕਿ ਸਰਦੀਆਂ ਤੋਂ ਬਾਅਦ ਬਹਾਰ ਆਉਣੀ ਜਿਹਨੂੰ ਫਟਾਰਾ ਕਹਿੰਦੇ ਫਟਾਰਾ ਫਟਾਰਾ ਹੁੰਦਾ ਫਟਾਰਾ ਹਰ ਧਰਤੀ 'ਤੇ ਬੀਜ ਜਿਹੜਾ ਕਿਤੇ ਵੀ ਡਿੱਗਿਆ ਸਰਦੀਆਂ ਦੇ ਵੇਲੇ ਦਾ ਜਿਹੜਾ ਪਹਿਲਾਂ ਥੱਲੇ ਦੱਬਿਆ ਗਿਆ ਸੀਗਾ ਉਹ ਪੁੰਗਰਨ ਲੱਗ ਪੈਂਦਾ ਬਿਲਕੁਲ ਇੱਥੇ ਤਾਂ ਬਰਫ਼ ਥੱਲੇ ਦੱਬਿਆ ਹੋਇਆ ਸੋ ਸਾਡੀ ਗੁਰਬਾਣੀ ਦੇ ਵਿੱਚ ਜਿਹੜਾ ਮਾਘ ਦਾ ਮਹੀਨਾ ਇਹਦੀ ਵਾਕਈ ਬੜੀ ਮਹੱਤਤਾ ਹੈ ਜੇ ਅਸੀਂ ਇਸ਼ਨਾਨ ਦੀ ਕਰਦੇ ਹਾਂ ਜਾਂ ਸੰਗਤ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਹਮੇਸ਼ਾ ਗੁਰਮੁਖਾਂ ਦੀ ਸੰਗਤ ਦੀ ਗੱਲ ਕਰਦੇ ਬਿਲਕੁਲ ਉਹ ਚੰਗੇ ਬੰਦਿਆਂ ਦੀ ਸੰਗਤ ਦੀ ਗੱਲ ਕਰਦੇ ਨੇ ਜਿਹਨੂੰ ਆਪਾਂ ਲਾਈਕ ਮਾਈਂਡਡ ਪੀਪਲ ਕਹਿੰਦੇ ਹਾਂ ਹਾਂ ਜਿਹਨੂੰ ਇੱਥੇ ਇਹ ਕਹਿੰਦੇ ਹਾਂ ਵੀ ਜਿਹਾ ਜਿਹਾ ਬੰਦਾ ਹੁੰਦਾ ਉਹੀ ਜਿਹੀ ਉਹਨੂੰ ਸੰਗਤ ਦੀ ਲੋੜ ਪੈਂਦੀ ਹੈ ਉਹੀ ਜਿਹੇ ਲੋਕਾਂ ਨਾਲ ਉਹਦੀ ਇੱਕ ਜਿਹਨੂੰ ਕਹਿੰਦੇ ਕਰੂਰਾ ਰਲਣਾ ਪਿੰਡਾਂ 'ਚ ਕਹਿੰਦੇ ਹੁੰਦੇ ਨੇ ਮੇਰਾ ਫਲਾਣੇ ਬੰਦੇ ਨਾਲ ਕਰੂਰਾ ਨਹੀਂ ਰਲਦਾ ਇਹਦਾ ਮਤਲਬ ਮੇਰਾ ਅੰਦਰਲਾ ਆਪਾਂ ਉਹਦੇ ਨਾਲ ਇੱਕ ਸੁਰ ਨਹੀਂ ਹੁੰਦਾ ਅਤੇ ਇੱਥੇ ਸੰਗਤ ਦੇ ਨਾਲ ਮਿਲ ਕੇ ਸੰਗਤ ਵਰਗਾ ਹੋਣ ਦੀ ਸੰਗਤ ਦੀਆਂ ਖੂਬਸੂਰਤੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਵਿਚਲੀ ਉਸ ਆਪੇ ਨੂੰ ਆਪਣੇ ਵਿੱਚ ਸਮਾਉਣ ਦਾ ਇੱਕ ਯਤਨ ਜਿਹਦੇ ਵੱਲ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਇਹ ਤਿਉਹਾਰ ਜਿਹੜੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਖੇੜਾ ਭਰ ਦਿੰਦੇ ਨੇ ਇਹਨਾਂ ਦੇ ਪਿੱਛੇ ਇੱਕ ਬਹੁਤ ਕਹਾਣੀ ਵੀ ਹੁੰਦੀ ਹੈ ਤੇ ਇਹਨਾਂ ਦੇ ਪਿੱਛੇ ਸਾਡੀਆਂ ਰੋਹ ਰੀਤਾਂ ਤੇ ਸਾਡੀਆਂ ਰਵਾਇਤਾਂ ਤੇ ਖਾਣ ਖਾਣ ਪੀਣ ਤੇ ਪਹਿਨਣ ਚੁਣਿਆ ਹੁੰਦਾ
ਪੈਨਲ ਵੀ ਜੁੜੇ ਇਕੱਠੇ ਹੋ ਕੇ ਬੈਠਣ ਹਾਂ ਇਕੱਠੇ ਹੋ ਕੇ ਬੈਠ ਇਹ ਸਾਰਾ ਕੁਝ ਜਿਹੜਾ ਹੈ ਇਹਦੇ ਵਿੱਚ ਜਿਹੜਾ ਮਤਲਬ ਭਾਈਚਾਰਕ ਸੰਬੰਧ ਦਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਹੁਣ ਮਾਗੀ ਜਿਹੜੀ ਜਿਵੇਂ ਇੱਕ ਤਾਂ ਹਰ ਸੰਗਰਾਂਦ ਤੇ ਘਰਾਂ ਦੇ ਵਿੱਚ ਮਿੱਠਾ ਕੁਝ ਨਾ ਕੁਝ ਬਣਾਉਂਦੇ ਸੀ ਪਰ ਮੈਨੂੰ ਯਾਦ ਹੈ ਅਸੀਂ ਤਾਂ ਭੁੱਲ ਹੀ ਗਏ ਆ ਪਰ ਸਾਡੀ ਮਾਂ ਜਿਹੜੀ ਹੈ ਉਹ ਮਾਗੀ ਦੇ ਉੱਪਰ ਜ਼ਰੂਰ ਵਧੀਆ ਉਹਨਾਂ ਨੇ ਚਾਵਲ ਚੂਵਲ ਜਰਦਾ ਜੀ ਨੂੰ ਅਸੀਂ ਖੂਬਸੂਰਤ ਉਹ ਖਾਸ ਭੋਜਨ ਤਿਆਰ ਕਰਨਾ ਵੀ ਮਾਗੀ ਹੈ ਫਿਰ ਉਹਦੇ ਵਿੱਚ ਜਿਹੜਾ ਹੈ ਗੁਰਦੁਆਰੇ ਲੈ ਕੇ ਜਾਣਾ ਥਾਲੀ ਦੇ ਵਿੱਚ ਪਾਣਾ ਸਾਰਾ ਤੇ ਉਹ ਨਾਲੇ ਤਾਂ ਮਹੀਨਾ ਸੁਣ ਕੇ ਆਉਣਾ ਉੱਥੋਂ ਭਾਈ ਜੀ ਕੋਲੋਂ ਤੇ ਨਾਲੇ ਉੱਥੇ ਜਿਹੜਾ ਹੈ ਖਾਣਾ ਰੋਟੀ ਪਾਣੀ ਜਿਹੜਾ ਉਹ ਚੜਾ ਕੇ ਆਣਾ ਮੇਰੇ ਮਦਰ ਇਨ ਲਾ ਮੈਨੂੰ ਦੱਸਦੇ ਹੁੰਦੇ ਸੀ ਕਿ ਪਿੰਡਾਂ ਦੇ ਪਿੰਡ ਰਿਸ਼ਤੇਦਾਰ ਇਕੱਠੇ ਹੋ ਕੇ ਸਾਡੇ ਘਰ ਆ ਜਾਂਦੇ ਸੀ ਵੀ ਆਪਾਂ ਨੇ ਕੱਲ੍ਹ ਨੂੰ ਮਾਘ ਦਾ ਮਹੀਨਾ ਤੇ ਨਹਾਉਣ ਜਾਣਾ ਇਸ਼ਨਾਨ ਕਰਨ ਜਾਣਾ ਕਹਿੰਦੇ ਅਸੀਂ ਨਾ ਪੱਟੀਆਂ ਵਿਛਾ ਦਿੰਦੇ ਸੀ ਥੱਲੇ ਪਰਾਲੀ ਵਿਛਾ ਕੇ ਉੱਤੇ ਪੱਟੀਆਂ ਵਿਛਾ ਦਿੰਦੇ ਸੀ ਲੋਕ ਸਾਰੇ ਪਏ ਰਹਿੰਦੇ ਸੀ ਕਹਿੰਦੇ ਵੱਡੇ ਵੱਡੇ ਝੁੱਲ ਦਿੱਤੇ ਹੁੰਦੇ ਸੀ ਸਾਰਿਆਂ ਦੇ ਉੱਤੇ ਉਦੋਂ ਕਿਹੜਾ ਇੰਨੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਫਿਰ ਸਾਰੇ ਇਕੱਠੇ ਹੋ ਕੇ ਸਵੇਰੇ ਨੂੰ ਗੱਡੇ 'ਤੇ ਜਾ ਕੇ ਇਸ਼ਨਾਨ ਕਰਕੇ ਆਉਂਦੇ ਸੀ ਫਿਰ ਮੇਲਾ ਵੀ ਛੱਡਦਾ ਇਹਦੇ 'ਚ ਨਾ ਇੱਕ ਹੋਰ ਵੀ ਬ੍ਰਜੇ ਹੈਗੀ ਜਿਵੇਂ ਯੂਪੀ ਦੇ ਵਿੱਚ ਜਿੱਥੇ ਕਹਿੰਦੇ ਨੇ ਗੰਗਾ ਜਮਨਾ ਤੇ ਸਰਸਵਤੀ ਤਿੰਨ ਨਦੀਆਂ ਸੁਮੇਲ ਹੁੰਦਾ ਪ੍ਰਯਾਗ ਦੀ ਜਗ੍ਹਾ ਤੇ ਉਹਦਾ ਕਹਿੰਦੇ ਨੇ ਇਸ਼ਨਾਨ ਬੜਾ ਵਧੀਆ ਮਤਲਬ ਮੰਨਿਆ ਜਾਂਦਾ ਮੈਨੂੰ ਤਾਂ ਐਂ ਲੱਗਦਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਇਹ ਕੇਰਲਾ ਦੇ ਵਿੱਚ ਵੀ ਜਾ ਕੇ ਦੇਖੀ ਕਿ ਜਿੱਥੇ ਪਾਣੀ ਵੱਖਰੇ ਵੱਖਰੇ ਥਾਵਾਂ ਤੋਂ ਆ ਕੇ ਰਲਦੇ ਨੇ ਨਾ ਜ਼ਰੂਰ ਉਹਨਾਂ ਪਾਣੀਆਂ ਦੇ ਵਿੱਚ ਜੜੀਆਂ ਬੂਟੀਆਂ ਦਾ ਉਹ ਰਸ ਹੁੰਦਾ ਹੋਣਾ ਜਿਹੜਾ ਤੁਹਾਡੀ ਬਾਡੀ ਨੂੰ ਤੁਹਾਡੀ ਦੇਹੀ ਨੂੰ ਇੱਕ ਵੱਖਰੀ ਤਰ੍ਹਾਂ ਦਾ ਇਸ਼ਨਾਨ ਕਰਵਾਉਂਦਾ ਹੈ ਜਿਹਦੇ ਨਾਲ ਤੁਸੀਂ ਦੇਹੀ ਸ਼ੁੱਧੀ ਸਿਹਤ ਤੁਹਾਡੀ ਜਿਹੜੀ ਸਿਹਤਮੰਦ ਹੁੰਦਾ ਬੰਦਾ ਹਾਂ ਦੇਹੀ ਸ਼ੁੱਧੀ ਹੁੰਦੀ ਹੈ ਜਿਹਦਾ ਮਤਲਬ ਮੈਡੀਕੇਸ਼ਨ ਹੋ ਜਾਂਦੀ ਹੈ ਮੈਡੀਕੇਸ਼ਨ ਹੋ ਜਾਂਦੀ ਹੈ ਜਿਵੇਂ ਮਣੀਕਰਨ ਦੇ ਵਿੱਚ ਉਬਲਦਾ ਪਾਣੀ ਦਾ ਹੈ ਉਬਲਦਾ ਪਾਣੀ ਹੈ ਉੱਥੇ ਤੁਸੀਂ ਉਸ ਦੇ ਵਿੱਚ ਕਹਿੰਦੇ ਆ ਵੀ ਤੁਹਾਡੀ ਜਿਹੜੀ ਸਕਿਨ ਡਿਜ਼ੀਜ਼ ਹੈ ਉਹ ਖਤਮ ਹੋ ਜਾਂਦੀ ਹੈ ਹੁਣ ਹਰੀਕੇ ਪੱਤਨ ਜਿਹੜਾ ਦਰਿਆ ਮਿਲਦੇ ਨੇ ਸਤਲੁਜ ਤੇ ਬਿਆਸ ਹਰੀਕੇ ਪੱਤਨ ਨੂੰ ਵੀ ਬੜਾ ਪਵਿੱਤਰ ਜਿਹੜਾ ਦਰਜਾ ਦਿੱਤਾ ਗਿਆ ਕਿ ਦੋ ਦਰਿਆਵਾਂ ਦਾ ਪਾਣੀ ਜਿਹੜਾ ਉਸ ਜਗ੍ਹਾ ਤੇ ਕੋਈ ਵੀ ਦੋ ਚਾਰ ਪਾਣੀ ਜਿੱਥੇ ਮਿਲਦੇ ਨੇ ਸੋ ਉਹ ਹੁਣ ਜਿਵੇਂ ਮੈਂ ਵੇਖਿਆ ਕਿ ਇੱਕ ਚੀਜ਼ ਮੈਂ ਜ਼ਰੂਰ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਇਸ਼ਨਾਨ ਨੂੰ ਸਿਰਫ ਇੱਕ ਰਵਾਇਤ ਨਾ ਸਮਝਿਆ ਜਾਵੇ ਹੈਨਾ ਨਹਾਉਣਾ ਤੇ ਖੈਰ ਹੁਣ ਅੱਜ ਕੱਲ੍ਹ ਤਾਂ ਨਿੱਤ ਹੀ ਨਹਾਉਂਦੇ ਨੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਪੰਜ ਇਸ਼ਨਾਨਾ ਮਾਹ ਗਿਆ ਨਾ ਨਿੱਤ ਨਹਾਉਣ ਦਲਿੱਦਰੀ ਹੁਣ ਤੇ ਖੈਰ ਹੁਣ ਕਹਿੰਦੇ ਨੇ ਕਿ ਸਾਰੇ ਦਲਿੱਦਰੀ ਹੋ ਗਏ ਨੇ ਤੇ ਨਿੱਤ ਹੀ ਨਹਾਉਣਾ ਜਿਹੜਾ ਉਹ ਹੋ ਗਿਆ ਪਰ ਇੱਥੇ ਜਦੋਂ ਅਸੀਂ ਗੁਰਬਾਣੀ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਰਵਾਇਤੀ ਇਸ਼ਨਾਨਾ ਨੂੰ ਛੱਡ ਕੇ ਇੱਕ ਕਹਿੰਦੇ ਹੁੰਦੇ ਨਾ ਇੰਟਰਨਲ ਜਿਹੜਾ ਅੰਦਰ ਹੈ ਉਹਨੂੰ ਸਾਫ਼ ਕਰਨਾ ਲੋਭ ਮੋਹ ਹੰਕਾਰ ਨੂੰ ਦੂਰ ਕਰਨਾ ਤੁਹਾਡੇ ਅੰਦਰ ਦਇਆ ਨੂੰ ਪੈਦਾ ਕਰਨਾ ਚੰਗੇ ਬੰਦਿਆਂ ਦੀ ਸੰਗਤ ਕਰਨੀ ਸੋ ਇਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਨੇ ਜ਼ਿਆਦਾ ਤਵੱਜੋ ਜਿਹੜੀ ਲੋਕਾਂ ਦੀ ਦਵਾਈ ਸੱਚੇ ਮਾਰਗ ਚੱਲਣ ਦੀ ਕੋਸ਼ਿਸ਼ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਖਾਸ ਤੌਰ ਤੇ ਮਾਘ ਦੇ ਮਹੀਨੇ ਦੇ ਵਿੱਚ ਇਹ ਚੀਜ਼ ਜਿਹੜੀ ਹੈ ਸਾਨੂੰ ਕੋਸ਼ਿਸ਼ ਕੀਤੀ ਹੈ ਇੱਕ ਸ਼ੁਭ ਕਾਰਜ ਵੱਲ ਜਾਣ ਦਾ ਸੰਦੇਸ਼ ਦਿੱਤਾ ਤੇ ਇਹ ਤਿਉਹਾਰ ਹੁੰਦੇ ਹੀ ਇਸੇ ਕਰਕੇ ਨੇ ਕਿ ਇਹ ਉਸ ਪਲ ਦੀ ਖੁਸ਼ੀ ਨਹੀਂ ਹੈ ਇਹ ਉਸ ਪਲ ਤੋਂ ਸਿੱਖ ਕੇ ਅਗਲੇ ਤਿਉਹਾਰ ਤੱਕ ਬਿਲਕੁਲ ਉਹਨੂੰ ਇਹ ਮਕਰ ਸੰਕ੍ਰਾਂਤੀ ਨੂੰ ਲਾਗੂ ਕਰਾਂਤੀ ਨੂੰ ਨਾ ਬਹੁਤ ਥਾਵਾਂ ਤੇ ਪਵਿੱਤਰ ਦਿਨ ਮੰਨਿਆ ਜਾਂਦਾ ਪਵਿੱਤਰ ਦਿਨ ਸ਼ਾਇਦ ਉਹਦੇ ਧੁੱਪਾਂ ਛਾਵਾਂ ਦੇ ਫਰਕ ਨਾਲ ਮੰਨਿਆ ਜਾਂਦਾ ਹੋਵੇ ਸੂਰਜ ਦੀ ਜਿਹੜੀ ਦਿਸ਼ਾ ਬਦਲਦੀ ਹੈ ਉਹਦੇ ਨਾਲ ਬਹੁਤ ਕੁਝ ਸੰਬੰਧ ਹੈ ਹਾਂ ਸੂਰਜ ਦੀ ਦਿਸ਼ਾ ਕਹਿੰਦੇ ਨੇ ਉੱਤਰ ਤੋਂ ਦੱਖਣ ਵੱਲ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਪਰਛਾਵੇਂ ਬਦਲਦੇ ਨੇ ਦਿਨ ਦਾ ਕੱਦ ਬਦਲਦਾ ਉਹਦੇ ਨਾਲ ਹੁਣ ਮਾਘ ਮਹੀਨਾ ਲੰਘਣਾ ਤੇ ਫੱਗਣ ਆ ਜਾਣਾ ਤੇ ਫਿਰ ਉਹ ਕਹਿੰਦੇ ਨੇ ਜੀ ਫੱਗਣ ਕੰਧੀ ਲੰਘਣ ਹਾਂ ਥੋੜੀ ਮਤਲਬ ਗਰਮੀ ਹੋ ਜਾਂਦੀ ਹੈ ਤੇ ਉਦੋਂ ਫਿਰ ਧੁੱਪੇ ਨਹੀਂ ਬੈਠਿਆ ਜਾਂਦਾ ਸੀਹਾ ਲੱਗਦਾ ਕੰਧਾਂ ਦੇ ਕੋਲੇ ਬੈਠ ਤੇ ਕਹਿੰਦੇ ਜੀ ਫੱਗਣ ਕੰਧੀ ਲੰਘਣ ਵੀ ਜੀ ਕਰਦਾ ਮੰਜਾ ਤੂੰ ਕਿ ਕੰਧ ਦੇ ਨਾਲ ਕਰ ਲਵਾਂ ਸੀਹਾ ਲੱਗਦਾ ਸੋ ਕਿੰਨਾ ਪਿਆਰਾ ਸਾਡਾ ਸੱਭਿਆਚਾਰ ਹੈ ਬਿਲਕੁਲ ਬਿਲਕੁਲ ਜਿਹਦੇ ਚ ਹਰ ਇੱਕ ਚੀਜ਼ ਦੇ ਨਾਲ ਜੁੜੀ ਹੋਈ ਹੈ ਮਾਘ ਦੇ ਨਾਲ ਜੀ ਭੋਰ ਰਿੱਧੀ ਮਾਘ ਖਾਧੀ ਫੱਗਣ ਕੰਧੀ ਲੰਘਣ ਖਾਣਾ ਪੀਣਾ ਬੈਠਣਾ ਵਰਤਣਾ ਜਿਵੇਂ ਆਪਾਂ ਕਹਿੰਦੇ ਤਿਉਹਾਰ ਕੰਨਿਆਦਾਨ ਕਰਨਾ ਉਹ ਦਾਨ ਦੇ ਨਾਲ ਕਿੰਨੇ ਹੋਰ ਦਾਨ ਹੋ ਜਾਣੇ ਇਹ ਸਾਰਾ ਕੁਛ ਜਾਂ ਕਿਸੇ ਦੇ ਮੂੰਹ 'ਚ ਸਾਡੇ ਘਰ ਦੀ ਬੁਰਕੀ ਜਾਣੀ ਇਹ ਸਾਰਾ ਕੁਛ ਜਿਹੜਾ ਹੈ ਨਾ ਕਿਸੇ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਦੇ ਅਤੇ ਅਸੀਂ ਉਸ ਭਾਈਚਾਰਕ ਸਾਂਝ ਨੂੰ ਪੀੜੀ ਕਰਦੇ ਹਾਂ ਤੇ ਉਸ ਨੂੰ ਖੂਬਸੂਰਤੀ ਨਾਲ ਅੱਗੇ ਵਧਾਉਂਦੇ ਜਿਵੇਂ ਹੁਣ ਲੋਹੜੀ ਦੀ ਆਪਾਂ ਗੱਲ ਕੀਤੀ ਹੈ ਹੈ ਲੋਹੜੀ ਤੇ ਕਿੰਨੀਆਂ ਮਰਜ਼ੀ ਨਾਰਾਜ਼ਗੀਆਂ ਹੋਣ ਤੇ ਜਦ ਕਹਿਣਾ ਵੀ ਜਦੋਂ ਲੋਹੜੀ ਮਨਾਣੀ ਹੈ ਤੇ ਰਿਸ਼ਤੇਦਾਰ ਜਿਹੜੇ ਨੂੰ ਆ ਵੀ ਜਾਂਦੇ ਨੇ ਤੁਸੀਂ ਅੱਗ ਦੇ ਵਾਲੇ ਇਕੱਠੇ ਹੋ ਕੇ ਬੈਠਦੇ ਹੋ ਬੈਠ ਜਾਂਦੇ ਹਾਂ ਹੈ ਉਹ ਸਾਰੇ ਗੁੱਸੇ ਗਿਲੇ ਜੋ ਵੀ ਹੁੰਦਾ ਸਾਰਾ ਹੀ ਖਤਮ ਹੋ ਜਾਂਦਾ ਅਗਲਾ ਕਹਿੰਦਾ ਹਾਏ ਭਾਈ ਉਹਨਾਂ ਦੇ ਘਰ ਖੁਸ਼ੀ ਅਸੀਂ ਤਾਂ ਜ਼ਰੂਰ ਜਾਣਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਅਸੀਂ ਰਾਜਗੁਰੂ ਨਗਰ 'ਚ ਰਹਿੰਦੇ ਹੁੰਦੇ ਸੀਗੇ ਵਣ ਵਣ ਦੀ ਲੱਕੜੀ ਉੱਥੇ ਆਈ ਹੋਈ ਸੀਗੇ ਨਵੀਂ ਲੋਕੈਲਿਟੀ ਬਣੀ ਸੀ ਤਾਂ ਸਾਨੂੰ ਬੜੀ ਅੱਗਾ ਹੋ ਕੇ ਅਸੀਂ ਸ਼ੁਰੂ ਕਰ ਦਿੱਤਾ ਵੀ ਲੋਹੜੀ ਮਨਾਉਣੀ ਹੈ ਮੈਂ ਪਾਥੀਆਂ ਜਿਹੜੀਆਂ ਸੀ ਉਹ ਚੇਚੀਆਂ ਮੰਗਾ ਲੈਣੀਆਂ ਜਿੱਥੇ ਡੇਅਰੀ ਸੀਗਾ ਡੇਅਰੀ ਤੋਂ
ਤੇ ਲੱਕੜਾਂ ਵਗੈਰਾ ਵੀ ਇਕੱਠੀਆਂ ਕਰ ਲੈਣੀਆਂ ਤੇ ਆਪਾਂ ਸ਼ਾਮ ਨੂੰ ਉੱਥੇ ਲਾ ਦੇਣਾ ਸਾਰੇ ਘਰਾਂ ਦੇ ਆਲੇ ਦੁਆਲੇ ਆ ਜਾਂਦੇ ਸਾਡੇ ਵੀ ਯੂਨੀਵਰਸਿਟੀ 'ਚ ਹਰ ਗਲੀ 'ਚ ਲੋਹੜੀ ਹੁੰਦੀ ਮੈਨੂੰ ਯਾਦ ਹੈ ਮੇਰੀ ਕੁੜੀ ਤੇ ਮੀਰਾ ਗਿੱਲ ਦੋਨੇ ਜਿਹੜੀਆਂ ਇਹ ਗਾਉਂਦੀਆਂ ਹੁੰਦੀਆਂ ਸੀ ਚਿੜੀਆਂ ਬਾਬਲਾ ਵਿੱਚ ਚਿੜੀਆਂ ਵਿਹੜੇ ਦੇ ਵਿੱਚੋਂ ਉੱਡ ਜਾਣੀਆਂ ਹੁਣ ਤਾਂ ਉੱਡ ਗਈਆਂ ਉਹ ਪਰ ਉਹ ਲੋਹੜੀ ਦਾ ਉਹ ਦ੍ਰਿਸ਼ ਜਿਹੜਾ ਹੈ ਨਾ ਉਹਨੂੰ ਉਹ ਕਹਿੰਦੀ ਹੁੰਦੀ ਸੀ ਦੋਨੇ ਜਿਹੜੀਆਂ ਇਹ ਗਾਉਂਦੀਆਂ ਬਹੁਤ ਸੀ ਇਹ ਕਹਿੰਦੀ ਹੁੰਦੀਆਂ ਸੀ ਆਂਟੀ ਫੈਂਸੀ ਗਈਏ ਗਈ ਨਹੀਂ ਅਸੀਂ ਤਾਂ ਫਿਰ ਨਾ ਕਰਨਾ ਕੀ ਕਿ ਆਲੇ ਦੁਆਲੇ ਦੇ ਘਰ ਵੇਖ ਕੇ ਆ ਜਾਂਦੇ ਸੀ ਢੋਲੀਆਂ ਨੇ ਆ ਜਾਣਾ ਵੇਹਦਿਆ ਵੇਹਦਿਆ ਨਾਲੇ ਤਾਂ ਉਹਨਾਂ ਨੇ ਪੈਸੇ ਲੈ ਲੈਣੇ ਨਾਲੇ ਖੂਬ ਮਤਲਬ ਨੱਚਣਾ ਭੁੜਕਣਾ ਵੀ ਲੋਹੜੀ ਵੀ ਮਨਾਣੇ ਹਰ ਇੱਕ ਨੇ ਗਚਕਾ ਹਰ ਇੱਕ ਨੇ ਮਠਿਆਈ ਲੈ ਆਉਣੀ ਤੇ ਮੈਂ ਤਾਂ ਫਿਰ ਕਹਣਾ ਚੱਲ ਬੇਟੇ ਚਾਹ ਰੱਖ ਦਿਓ ਸਾਰਿਆਂ ਨੂੰ ਅਸੀਂ ਚਾਹ ਇਕੱਠਿਆਂ ਹੋ ਕੇ ਪੀਣੀ ਸੋ ਉਹ ਇੱਕ ਨਾ ਕੀ ਹੁੰਦਾ ਸੀ ਕਿ ਇੱਕ ਕਮਿਊਨਿਟੀ ਗੈਦਰਿੰਗ ਬਣ ਜਾਂਦੀ ਸੀ ਹਾਂ ਤੇ ਜਦੋਂ ਅੱਗੋਂ ਪਿੱਛੋਂ ਨਹੀਂ ਮਿਲਿਆ ਜਾਂਦਾ ਸੀ ਲੋਹੜੀ ਤੇ ਸਾਰਿਆਂ ਨੇ ਗੈਟ ਟੂਗੇਦਰ ਕਹਿੰਦੇ ਗੈਟ ਟੂਗੇਦਰ ਹੋ ਜਾਂਦਾ ਸੀ ਮੇਰੇ ਘਰ ਘੱਟੋ ਘੱਟ 35 40 ਜਣੇ ਜਿਹੜੇ ਸੀ ਅਸੀਂ ਇਕੱਠੇ ਗੱਲ ਸੁਣੋ ਜਦੋਂ ਕੋਈ ਡਾਈਨਿੰਗ ਟੇਬਲ ਤੇ ਬੈਠ ਕੇ ਸਾਰੇ ਲੋਕ ਇਕੱਠੇ ਖਾ ਲੈਂਦੇ ਨੇ ਉਹਨਾਂ ਦੀ ਆਪਸ ਵਿੱਚ ਜਿਹੜੀ ਗਿਲੇ ਸ਼ਿਕਵੇ ਨੇ ਉਹ ਦੂਰ ਹੋ ਜਾਂਦੇ ਨੇ ਜਦੋਂ ਤੁਸੀਂ ਧੂਣੀ ਦੇ ਆਲੇ ਦੁਆਲੇ ਸਾਰੇ ਬੈਠ ਕੇ ਜੂੜੀਆਂ ਕੱਚੰਗਾ ਖਾਣੇ ਹੋ ਤਾਂ ਸਾਡੇ ਵੀ ਗਿਲੇ ਸ਼ਿਕਵੇ ਜਿਹੜੇ ਨੇ ਉਹ ਉਹਦੇ 'ਚ ਪੰਗਰ ਜਾਂਦੇ ਤੇ ਹੁਣ ਮੈਂ ਸੀ ਨਾ ਹੁਣ ਕੈਨੇਡਾ ਆ ਗਏ ਆ ਕਈ ਚੀਜ਼ਾਂ ਜਿਹੜੀਆਂ ਨੇ ਉਹ ਥੋੜੀਆਂ ਵਿਸਰ ਵੀ ਗਈਆਂ ਨੇ ਤੇ ਹੁਣ ਉੱਥੇ ਜਦੋਂ ਵੀ ਜਾਈਓ ਯਾਦ ਕਰਦੇ ਹੁੰਦੇ ਆ ਕਿ ਤੁਹਾਡੇ ਨਾਲ ਹੀ ਲੋੜੀ ਚੱਲ ਗਈ ਕਹਿੰਦਾ ਹੁਣ ਇੱਥੇ ਕੋਈ ਨਹੀਂ ਮਨਾਉਂਦਾ ਜੀ ਰੇ ਨਾ ਕੋਈ ਬਾਹਰ ਨਿਕਲਦਾ ਨਾ ਮਨਾਉਂਦਾ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਭੁੱਲਣ ਵਾਲੀਆਂ ਨਹੀਂ ਹੈਗੀਆਂ ਇੱਕ ਜਣਾ ਥੋੜੀ ਜਿਹੀ ਲੀਡ ਲੈ ਲਵੇ ਉਹ ਫਿਰ ਰਵਾਇਤ ਹੀ ਬਣ ਜਾਂਦੀ ਆ ਨਹੀਂ ਨਹੀਂ ਜੀ ਤਾਂ ਸਭ ਦੇ ਕਰਦਾ ਹੁੰਦਾ ਅੰਦਰੋਂ ਬਸ ਸ਼ੁਰੂ ਕਰਨ ਦੀ ਗੱਲ ਹੁੰਦੀ ਹੈ ਉਹ ਸ਼ੁਰੂ ਕਰ ਦੇਣੀ ਬਈ ਅਸੀਂ ਮੈਂ ਤਾਂ ਰੱਖਿਆ ਹੋਇਆ ਸੀ ਵੀ ਅਸੀਂ ਕਰਨਾ ਹੀ ਕਰਨਾ ਤੇ ਉਹਦੇ ਸਾਡੇ ਨਿਕਲਣ ਦੀ ਦੇਰ ਹੁੰਦੀ ਸੀ ਤੇ ਮੈਂ ਵੇਖਿਆ ਭੁੱਲਣ ਭੁੱਲਣ ਸਾਰੇ ਆ ਜਾਂਦੇ ਸੀ ਤੇ ਜਿਹੜਾ ਨਹੀਂ ਆਉਣਾ ਉਹਨਾਂ ਨੂੰ ਕਹਿੰਦੇ ਜਾ ਫਲਾਣੀ ਆਂਟੀ ਨੂੰ ਕਹਿਆ ਵੀ ਆਈ ਜਰਾ ਤੇ ਹਰ ਕੋਈ ਆਪਣੀ ਥਾਲੀ ਦੇ ਵਿੱਚ ਉਹਨੇ ਪਾਇਆ ਹੋਣਾ ਸਮਾਨ ਤੇ ਆ ਜਾਣਾ ਇਹ ਇਹਦਾ ਮਤਲਬ ਸਾਡੀ ਸਾਰੀ ਯੂਨਿਟੀ ਨੂੰ ਜਿਵੇਂ ਨਾ ਜਿਹੜੇ ਸਾਂਝੇ ਪਰਿਵਾਰ ਨੇ ਉਹ ਬਿਖਰ ਗਏ ਬਿਖਰ ਗਏ ਅਲੱਗ ਹੋ ਗਈ ਇਹ ਇਕੱਠਾ ਕਰਨ ਦਾ ਇੱਕ ਅਜਿਹਾ ਮੌਕਾ ਸੀ ਜਿੱਥੇ ਸਾਰੇ ਇਕੱਠੇ ਹੋ ਕੇ ਹਮ ਹੀ ਭਰਦੇ ਸੀ ਇਸ ਸਾਂਝ ਨੂੰ ਯੂਨਾਈਟਿਡ ਸਾਂਝ ਨੂੰ ਕਿਉਂਕਿ ਸਾਡਾ ਅਰਥਚਾਰਾ ਖੇਤੀ 'ਤੇ ਸੀ ਖੇਤੀ 'ਤੇ ਤਾਂ ਫਿਰ ਚਾਰ ਬਾਹਾਂ ਦੀ ਲੋੜ ਹੁੰਦੀ ਹੈ ਪੰਡ ਚੱਕਣ ਵਾਸਤੇ ਇਸ ਕਰਕੇ ਸਾਂਝ ਦੀ ਲੋੜ ਹੁੰਦੀ ਹੈ ਇਹ ਸਾਂਝ ਨੂੰ ਹਮ ਹੀ ਭਰਦਾ ਮਕਰ ਸੰਕ੍ਰਾਂਤੀ ਦਾ ਦਿਨ ਅਤੇ ਨਾਲ ਹੀ ਵੇਖੋ ਲੋਹੜੀ ਅਤੇ ਮਾਘੀ ਕਿਸ ਤਰ੍ਹਾਂ ਨਾਲੋਂ ਨਾਲ ਜੁੜੀਆਂ ਹੋਈਆਂ ਨੇ ਸੋ ਰਾਤ ਨੂੰ ਤੁਸੀਂ ਲੋਹੜੀ ਮਨਾ ਕੇ ਤੇ ਆਪਣਾ ਖੁਸ਼ੀਆਂ ਮਨਾ ਕੇ ਹਟਦੇ ਹੋ ਤੇ ਸਵੇਰੇ ਉੱਠ ਕੇ ਤੇ ਪਹਿਲਾਂ ਪੜ੍ਹੇ ਵੇਖੋ ਜਿਹੜੀ ਸਵਾਹ ਹੁੰਦੀ ਨਾ ਇੰਨੀ ਪਵਿੱਤਰ ਹੁੰਦੀ ਹੈ ਮੈਨੂੰ ਯਾਦ ਹੈ ਉਹਨੂੰ ਚੰਗੀ ਤਰ੍ਹਾਂ ਇਕੱਠੀ ਕਰਕੇ ਨਾ ਤੇ ਕਹਿਣਾ ਵੀ ਚਲੋ ਇਹਨੂੰ ਕਿਸੇ ਪਾਣੀ ਦੇ ਵਿੱਚ ਪਾਓ ਸੋ ਉਹਦੇ ਨਾਲ ਪਿਛਲੇ ਸਾਲ ਕਿੰਨੀਆਂ ਹੀ ਲੋਹੜੀਆਂ ਅੰਦੋਲਨ ਦੇ ਵਿੱਚ ਬਾਲੀਆਂ ਗਈਆਂ ਸੀ ਉੱਥੇ ਕੋਈ ਵੀ ਤਿਉਹਾਰ ਜਿਹੜਾ ਉਹ ਛੱਡਿਆ ਨਹੀਂ ਗਿਆ ਉੱਥੇ ਕਮਾਲ ਦੀ ਗੱਲ ਮੈਨੂੰ ਹੁਣ ਇਸ ਵੇਲੇ ਯਾਦ ਨਹੀਂ ਕਈ ਕੁੜੀਆਂ ਨੇ ਇਹੋ ਜਿਹੇ ਗੀਤ ਗਾਏ ਸੀ ਕਿ ਜਿਹੜਾ ਤਖਤ ਤੇ ਬੈਠਾ ਉਸ ਨੂੰ ਦੱਸੋ ਸਾਡਾ ਰੋਸ ਉਸ ਨੂੰ ਕਦੋਂ ਆਊਗੀ ਹੋਸ਼ ਉਸ ਨੂੰ ਦੇਵਾਂਗੇ ਅਸੀਂ ਤੋਰ ਉਸ ਨੂੰ ਪਤਾ ਨਹੀਂ ਸਾਡੇ ਪੈਰਾਂ ਹੇਠ ਰੋੜ ਬਿਲਕੁਲ ਲੋਹੜੀ ਦੇ ਨਾਲ ਜੋੜ ਕੇ ਉਹਨਾਂ ਨੇ ਗੀਤ ਗਾਏ ਕਿਉਂਕਿ ਆਪਾਂ ਨੂੰ ਪਤਾ ਅਸੀਂ ਗਾਉਣ ਲੱਗ ਪਈਏ ਤੇ ਕੋਲੋਂ ਜੋੜ ਜੋੜ ਕੇ ਉਸੇ ਵੇਲੇ ਬਿਲਕੁਲ ਐਟ ਦਾ ਸਪੌਟ ਹੀ ਗੀਤ ਬਣ ਜਾਂਦੇ ਨੇ ਇਹ ਕਿਹੜਾ ਕੋਈ ਖਾਸ ਕਵੀ ਲਿਖਦਾ ਇਹ ਤਾਂ ਲੋਕ ਹੀ ਲਿਖ ਦਿੰਦੇ ਨੇ ਲੋਕ ਨਿਤ ਨਵੀਆਂ ਮੈਂ ਜੋੜਾਂ ਬੋਲੀਆਂ ਬਹਿ ਕੇ ਮੂੰਹ ਹਨੇਰੇ ਮੇਲਣੇ ਨੱਚ ਲੈ ਨਹੀਂ ਦੇ ਸ਼ੌਕ ਦੇ ਗੇੜੇ ਦੇ ਦੇ ਸ਼ੌਕ ਦੇ ਨਾ ਮੇਲਣੇ ਮੈਂ ਪੜੀ ਗੁਰਮੁਖੀ ਨਾ ਬੈਠੀ ਵਿੱਚ ਡੇਰੇ ਉਹਨਾਂ ਨੇ ਤਾਂ ਹੀ ਜੋੜ ਲੈਣੇ ਜੋੜ ਲੈਣੇ ਹੁਣ ਉਹ ਕਿਹੜੀਆਂ ਪੜੀਆਂ ਲਿਖੀਆਂ ਸਾਡੇ ਆਪਣੇ ਗਰੁੱਪ ਦੇ ਵਿੱਚ ਵੇਖੋ ਆਪਣੇ ਐਸੋਸੀਏਸ਼ਨ ਦੇ ਵਿੱਚ ਇਹੋ ਜਿਹੇ ਲੇਡੀਜ਼ ਨੇ ਜਿਹੜੀ ਜ਼ੀਰੋ ਜਮਾਤ ਪੜੀਆਂ ਨੇ ਉਹਨਾਂ ਦੇ ਕੋਲੋਂ ਗਾਣੇ ਜਿਹੜੇ ਮਰਜ਼ੀ ਸੁਣ ਲਓ ਉਸੇ ਵੇਲੇ ਬਣਾ ਕੇ ਸਭ ਸੁਣਾ ਦਿੰਦੀਆਂ ਨੇ ਇਹ ਲੋਕ ਗੀਤ ਸਾਡੇ ਤਿਉਹਾਰਾਂ ਨਾਲ ਜੁੜੇ ਨੇ ਸਾਡੇ ਗੀਤ ਸਾਡੀਆਂ ਕਹਿ ਲਓ ਕਿ ਸਾਡੇ ਲੋਹੜੀਆਂ ਨਾਲ ਜੁੜੇ ਨੇ ਸਾਡੇ ਮਾਘੀਆਂ ਨਾਲ ਜੁੜੇ ਨੇ ਸਾਡੀਆਂ ਖੁਸ਼ੀਆਂ ਦੇ ਨਾਲ ਜੁੜੇ ਨੇ ਅਸੀਂ ਬੇਸ਼ੱਕ ਹਜ਼ਾਰਾਂ ਮੀਲ ਪੈਦਾ ਕਰਕੇ ਤੇ ਬ੍ਰਾਂਡ ਭੈਣ ਜੀ ਆਪਾਂ ਇੱਥੇ ਆ ਗਏ ਹਾਂ ਪਰ ਸਾਡੇ ਚੇਤਿਆਂ ਵਿੱਚ ਇਹ ਚੀਜ਼ਾਂ ਜਿਉਂਦੀਆਂ ਤਿਉਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡਾ ਪ੍ਰੋਗਰਾਮ ਦੇਖਣਗੇ ਉਹ ਵੀ ਇਹਨਾਂ ਰਵਾਇਤਾਂ ਨੂੰ ਪਕੜਨ ਦਾ ਯਤਨ ਕਰਨਗੇ ਫੜਨ ਦਾ ਯਤਨ ਕਰਨਗੇ ਨਿਭਾਉਣ ਦਾ ਯਤਨ ਕਰਨਗੇ ਮੇਰਾ ਤੇ ਜੀ ਕਰਦਾ ਕਿ ਹੁਣ ਸਨੋ ਪਿਘਲ ਗਈ ਇੱਕ ਬੜੀ ਕਹਾਣੀ ਬਣੀ ਹੋਈ ਹੈ ਸਾਡੇ ਬਾਜ਼ਾਰ ਦੇ ਵਿੱਚ ਪਰ ਮੇਰਾ ਜੀ ਕਰਦਾ ਕਿ ਗਲੀ ਦੇ ਵਿੱਚ ਅੱਜ ਜਿੱਦਣ ਲੋਹੜੀ ਆਵੇ ਨਾ ਉਦੋਂ ਲੋਹੜੀ ਬਾਲ ਕੇ ਰੱਖ ਦਿਓ ਚਾਹੇ ਜੋ ਮਰਜ਼ੀ ਪਿਘਲਦੀ ਫਿਰੂਗੀ ਲੋਕੀ ਵੇਖੋ ਕਿਵੇਂ ਭੱਜੇ ਆਉਂਦੇ ਨੇ ਇਕੱਠੇ ਹੁੰਦੇ ਨੇ ਇੱਥੇ ਵੀ ਇਕੱਠੇ ਹੁੰਦੇ ਨਹੀਂ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਲੋਹੜੀਆਂ ਕਾਇਮ ਰਹਿਣ ਇਸੇ ਤਰ੍ਹਾਂ ਇਹ ਤਿਉਹਾਰ ਬਣਦੇ ਰਹਿਣ ਤੇ ਆਪਾਂ ਸਾਰੇ ਇਸ ਸਾਂਝ ਨੂੰ ਬਰਕਰਾਰ ਕਰਕੇ ਰੱਖੀਏ ਸੋ ਬਰਾੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਦਿਨ ਸਾਡੇ ਨਾਲ ਲੋਹੜੀ ਸਾਂਝੀ ਕੀਤੀ ਸਾਡੇ ਨਾਲ ਮਾਘੀ ਸਾਂਝੀ ਕੀਤੀ ਤੇ ਆਪਣਾ ਸਫ਼ਰ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਨੇ ਥੈਂਕ ਯੂ ਵੈਰੀ ਮੱਚ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਸੋ ਇਹ ਸੀ ਸਾਡਾ ਪ੍ਰੋਗਰਾਮ ਗੱਲਬਾਤ ਅਤੇ ਗੱਲਬਾਤ ਵਿੱਚ ਗੱਲ ਆਪਾਂ ਕੀਤੀ ਸੀ ਦੋ ਤਿਉਹਾਰਾਂ ਦੀ ਲੋਹੜੀ ਦੀ ਅਤੇ ਮਾਘੀ ਦੀ ਸੋ ਇਹ ਤਿਉਹਾਰ ਮਨਾਉਣ ਵਾਸਤੇ ਨੇ ਇਹ ਤਿਉਹਾਰ ਖੁਸ਼ੀਆਂ ਵਾਲੇ ਨੇ ਇਹ ਤਿਉਹਾਰ ਰਲ ਕੇ ਬੈਠਣ ਵਾਲੇ ਨੇ ਇਹ ਤਿਉਹਾਰ ਸਾਡੇ ਪਿਛੋਕੜ ਨੂੰ ਯਾਦ ਕਰਨ ਵਾਲੇ ਨੇ ਸੋ ਆਪਾਂ ਇਹਨਾਂ ਤਿਉਹਾਰਾਂ ਨੂੰ ਜਦੋਂ ਇਹ ਤਿਉਹਾਰ ਆਉਂਦੇ ਨੇ ਜ਼ਰੂਰ ਬਰ ਜ਼ਰੂਰ ਯਾਦ ਕਰੀਏ ਆਪਣੇ ਬੱਚਿਆਂ ਨੂੰ ਇਹਨਾਂ ਦਾ ਚੇਤਾ ਕਰਾਈਏ ਅਤੇ ਇਹਨਾਂ ਦੇ ਮਾਨਣ ਦਾ ਉਹਨਾਂ ਨੂੰ ਵੀ ਤਰੀਕਾ
कोशिश साड़ी।